ਕੀ ਨਾਮ ਹੈ ਜੀ? ਪੂਨਮ। ਪੂਨਮ ਜੀ, ਕਿੰਨਾ ਚਿਰ ਤੋਂ ਹੁਸ਼ਿਆਰਪੁਰ ਰਹਿ ਰਹੇ? ਅਸੀਂ ਤਾਂ ਕਾਫੀ ਸਾਲ 'ਚ ਰਹਿੰਦੇ ਇੱਥੇ। ਕਾਫੀ ਸਾਲ 'ਚ ਰਹਿ ਰਹੇ ਹੋ, ਅਤੇ ਆਪ ਕੀ ਜੋ ਹੈ ਜੋ ਕੈਸ਼ ਕਨੈਕਸ਼ਨ ਹੈ ਉਹ ਅਭੀ ਤੱਕ ਆਪਕੋ ਇਸ ਸਕੀਮ ਬਾਰੇ ਪਤਾ ਨਹੀਂ ਥਾ? ਨਹੀਂ ਪਤਾ ਥਾ, ਕਿਸੀ ਨੇ ਬਤਾਇਆ ਵੀ ਨਹੀਂ? ਆਪ ਕਿਸੀ ਨੇ ਨਹੀਂ ਬਤਾਇਆ, ਅਭੀ ਇਹਨੇ ਬਤਾਇਆ ਤਾਂ ਅਭੀ ਹਮਕੋ ਮਾਲੂਮ ਹੁਆ। ਹਾਂਜੀ, ਤੋ ਕੈਸਾ ਮਹਿਸੂਸ ਕਰ ਰਹੇ ਹੋ ਕਿ ਆਪਕੋ ਅਗਰ ਜੇ ਸਕੀਮ ਮਿਲਤੀ ਹੈ ਤੋ? ਅੱਛਾ ਮਹਿਸੂਸ ਕਰ ਰਹੇ ਕਿ ਮਿਲ ਰਹਾ ਹੈ, ਹਮਕੋ ਵੀ ਕੋਈ ਚੀਜ਼ ਦੇ ਰਹੇ। ਹਾਂਜੀ, ਮੋਦੀ ਸਾਹਿਬ ਦਾ ਧੰਨਵਾਦ ਹੈਗਾ ਇਹਨਾਂ ਦਾ। ਹਾਂਜੀ, ਅਸੀਂ ਤਾਂ ਇਹੀ ਕਹਾਂਗੇ ਕਿ ਗਰੀਬਾਂ ਦਾ ਸੋਚੋ ਤਾਂ ਬਹੁਤ ਹੀ ਵਧੀਆ। ਭਾਰਤੀ ਜਨਤਾ ਪਾਰਟੀ ਦੇ ਜੋ ਮੇਨ ਸਾਡੇ ਪ੍ਰਧਾਨ ਮੋਦੀ ਸਾਹਿਬ ਜਾ ਰਹੇ ਨੇ, ਸਰ ਕਿਵੇਂ ਸਰ ਦੇਖਦੇ ਹੋ? ਮੋਦੀ ਸਾਹਿਬ ਦੀ ਸਰਕਾਰ ਨੂੰ 10 ਸਾਲ ਹੋ ਚੱਲੇ ਆ, ਔਰ 10 ਸਾਲਾਂ ਦੇ ਵਿੱਚ ਜਿਹਨੂੰ ਕਹਿੰਦੇ ਦਿਨ ਰਾਤ ਦੇ ਫਰਕ, ਜਿੰਨਾ ਡਿਵੈਲਪਮੈਂਟ ਹੋਈ ਆ ਅਤੇ ਲੋਕ ਭਲਾਈ ਦੇ ਕੰਮ ਹੋਏ ਆ, ਔਰ ਉਹ ਸਾਰੇ ਲੋਕਾਂ ਦੇ ਸਾਹਮਣੇ ਆ। ਮੈਡਮ, ਵਿਕਸਿਤ ਭਾਰਤ ਸੰਕਲਪ ਯੋਜਨਾ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਦੇਖੀਏ ਜੀ, ਪ੍ਰਧਾਨ ਮੰਤਰੀ ਮੋਦੀ ਜੀ ਦੀ ਗਰੰਟੀ ਦੀ ਜਿਹੜੀ ਕਹਿੰਦੇ ਆ ਨਾ ਗਰੰਟੀ, ਉਹ ਤੁਹਾਡੇ ਘਰ ਚੱਲ ਕੇ ਆਈ ਹੈ। ਜੇ ਅਸੀਂ ਉਹਦੇ 'ਚ ਵੀ ਅੱਜ ਸਕੀਮਾਂ ਦਾ ਫਾਇਦਾ ਨਾ ਲਿੱਤਾ, ਸਾਡੇ ਸਾਰਿਆਂ ਨੂੰ ਸਰਕਾਰ ਦੇ ਰਹੀ ਹੈ, ਅਤੇ ਮੈਂ ਬਹੁਤ ਬਹੁਤ ਤਾਰੀਫ ਕਰਦੀ ਹਾਂ ਇਸ ਗੱਲ ਦੇ ਉੱਤੇ। ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫ੍ਰੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵੱਲੋਂ ਅੱਜ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇ ਕੇ ਬਹੁਤ ਸਾਰੇ ਲੋੜਵੰਦਾਂ ਨੂੰ ਇਹਨਾਂ ਸੁਵਿਧਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਿਆਂ ਵੱਖ ਵੱਖ ਤਰ੍ਹਾਂ ਦੇ ਕੈਂਪ ਵੀ ਲਗਾਏ ਗਏ, ਜਿਸ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਲਾਭ ਨਹੀਂ ਮਿਲਿਆ ਉਹਨਾਂ ਨੂੰ ਉੱਥੇ ਹੀ ਫਾਰਮ ਭਰ ਕੇ ਯੋਜਨਾਵਾਂ ਦਾ ਲਾਭ ਦਿੱਤਾ ਗਿਆ। ਬੀਜੇਪੀ ਆਗੂਆਂ ਨੇ ਦੱਸਿਆ ਕਿ ਇਹਨਾਂ ਯੋਜਨਾਵਾਂ ਦਾ ਲਾਭ ਲੈਣ ਲਈ ਪਿੰਡ ਪਿੰਡ ਤੱਕ ਵੀ ਮੁਹਿੰਮ ਚਲਾਈ ਜਾਵੇਗੀ। GBC ਅਪਡੇਟ ਦੇ ਲਈ ਕੈਮਰਾਮੈਨ ਪਵਨ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਨਵਨੀਤ ਸਿੰਘ ਚੀਮਾ, ਤੁਸੀਂ ਵੇਖ ਰਹੇ GBC ਅਪਡੇਟ। ਕੇਂਦਰੀ ਮੰਤਰੀ ਜੋਗਿੰਦਰ ਸਿੰਘ ਸ਼ੇਖਾਵਤ ਅੱਜ ਹੁਸ਼ਿਆਰਪੁਰ ਦੇ ਦੌਰੇ 'ਤੇ ਪਹੁੰਚ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਅਤੇ ਗਰੀਬਾਂ ਦੀ ਸਹਾਇਤਾ ਲਈ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਨੂੰ ਦੇਖਦੇ ਹੋਏ ਅਤੇ ਲੋੜਵੰਦਾਂ ਨੂੰ ਇਹ ਚੀਜ਼ਾਂ ਦੀ ਸੁਵਿਧਾ ਦੇਣ ਵਾਸਤੇ ਅੱਜ ਮੰਤਰੀ ਜੀ ਵੱਲੋਂ ਹੁਸ਼ਿਆਰਪੁਰ ਦਾ ਦੌਰਾ ਕੀਤਾ ਜਾ ਰਿਹਾ, ਅਤੇ ਇੱਥੇ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਬਾਹਰ ਅਸੀਂ ਮੌਜੂਦ ਹਾਂ, ਅਤੇ ਵੱਖ ਵੱਖ ਤਰ੍ਹਾਂ ਦੀਆਂ ਜੋ ਕਨੋਪੀਆਂ ਵੀ ਲੱਗੀਆਂ ਹੋਈਆਂ ਨੇ ਅਤੇ ਜੋ ਵੀ ਸਹੂਲਤ ਦਿੱਤੀ ਜਾ ਰਹੀ ਹੈ ਉਸ ਸੰਬੰਧੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਅਤੇ ਆਓ ਜਾਣਦੇ ਹਾਂ ਕੀ ਕਹਿਣਾ ਉਹਨਾਂ ਦਾ ਅਤੇ ਕਿਸ ਸੰਬੰਧੀ ਸੁਵਿਧਾਵਾਂ ਸਾਰੀਆਂ ਦਿੱਤੀਆਂ ਜਾ ਰਹੀਆਂ ਨੇ। ਸਵਾਗਤ ਹੈ GBC ਅਪਡੇਟ ਦੇ ਵਿੱਚ। ਅੱਜ 19 ਜਨਵਰੀ ਨੂੰ ਇੱਕ ਵਿਕਸਿਤ ਭਾਰਤ ਕੈਂਪ ਬੱਸ ਸਟੈਂਡ ਦੇ ਨਜ਼ਦੀਕ ਲਗਾਇਆ ਗਿਆ ਹੈ, ਜਿਸ ਵਿੱਚ ਸ਼ਾਮਿਲ ਹੋਣ ਵਾਸਤੇ ਅਸੀਂ ਭਾਰਤੀ ਡਾਕ ਵਿਭਾਗ ਹੁਸ਼ਿਆਰਪੁਰ ਵੱਲੋਂ ਮੌਜੂਦ ਹਾਂ। ਅੱਜ ਤੱਕ 1286 ਕੈਂਪ ਅਸੀਂ ਅਟੈਂਡ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚ 7000 ਤੋਂ ਵੱਧ ਬੈਨੀਫਿਸ਼ਰੀ ਅਲੱਗ ਅਲੱਗ ਸਕੀਮਾਂ ਦਾ ਫਾਇਦਾ ਲੈ ਚੁੱਕੇ ਆ। ਅੱਜ ਦੇ ਕੈਂਪ 'ਚ ਆਧਾਰ ਦੇ ਮਾਈਨਰ ਅਪਡੇਸ਼ਨ, ਅਕਾਊਂਟਸ, PM ਕਿਸਾਨ ਨਿਧੀ ਦੇ ਅਕਾਊਂਟਸ ਵੀ ਖੁੱਲ੍ਹੇ ਜਾਣਗੇ। ਕੇਂਦਰ ਸਰਕਾਰ ਵੱਲੋਂ ਜੋ ਵੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਲੋੜਵੰਦਾਂ ਨੂੰ ਲੈ ਕੇ, ਅਤੇ ਕੀ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੇਂਦਰ ਸਰਕਾਰ ਆਉਂਦੀ ਹੈ ਤਾਂ ਹੋਰ ਵੀ ਇਸ ਤੋਂ ਜ਼ਿਆਦਾ ਵਧੀਆ ਕੰਮ ਕਰੇ? ਹਾਂਜੀ ਬਿਲਕੁਲ ਸਰ, ਮੈਂ ਇਹ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ ਸਰ, ਕਿਉਂਕਿ ਜਿਸ ਹਿਸਾਬ ਨਾਲ ਸਰ ਹੁਣ ਮੋਦੀ ਸਾਹਿਬ ਨੇ ਆ ਸੰਕਲਪ ਯਾਤਰਾ ਚਲਾਈ ਹੋਈ ਹੈ ਜੀ, ਇਹਦੇ ਬਿਹਾਫ 'ਤੇ ਹੁਣ ਤੱਕ ਸਰ ਜਿੰਨੀ ਵੀ ਇਹ ਯਾਤਰਾ ਜਿਹੜੀ ਜਿਹੜੀ ਸਟੇਟਸ ਜਾਂ ਜਿੱਥੇ ਜਿੱਥੇ ਵੀ ਗਈ ਆ ਉੱਥੇ ਸਾਡੇ ਪਬਲਿਕ ਨੂੰ ਕਾਫੀ ਚੀਜ਼ਾਂ ਮਤਲਬ ਫਾਇਦੇ, ਉਹਨਾਂ ਦੇ ਬੈਨੀਫਿਟਸ ਲਏ ਹੋਏ ਆ। ਜਿਵੇਂ ਕਿ ਹੁਣ ਸਰ ਸਾਡਾ
ਜਿਹੜਾ ਆਪਾਂ ਪਿੰਡ ਦੇ ਇਲਾਕੇ ਕਹਿ ਲਈਏ, ਰੂਰਲ ਏਰੀਆ ਕਹਿ ਲਈਏ ਜਾਂ ਅਰਬਨ ਏਰੀਆ, ਉਹਦੇ ਸਰ ਸਾਰਿਆਂ ਦੇ ਵਿੱਚ ਹੀ ਡਿਜੀਟਲ, ਜਿਹਨੂੰ ਆਪਾਂ ਕਹਿੰਦੇ ਹਾਂ ਜੀ ਡਿਜੀਟਲ ਇੰਡੀਆ ਕਰਤਾ, ਕਿਉਂਕਿ ਹੁਣ ਸਰ ਜੇਬ ਦੇ ਵਿੱਚ ਸਾਨੂੰ ਪੈਸੇ ਲਿਆ ਕੇ ਘੁੰਮਣ ਦੀ ਲੋੜ ਨਹੀਂ ਹੈਗੀ, ਸਾਨੂੰ ਆਪਣੇ ਪੂਰੇ ਹੀ ਸ਼ਹਿਰ 'ਚ ਪਿੰਡ ਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਪਿੰਡ 'ਚ ਲੈ ਕੇ ਚੱਲੀਏ ਸਰ, ਸਾਡੇ ਡਿਪਾਰਟਮੈਂਟ ਆਫ ਪੋਸਟ ਦੀਆਂ ਹਰੇਕ ਪਿੰਡ ਦੇ ਵਿੱਚ ਇੱਕ ਬ੍ਰਾਂਚ ਬਣੀ ਹੋਈ ਹੈ ਜੀ। ਉੱਥੇ ਉਹ ਆਪਣੇ ਸਾਡੇ ਸਰ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਲਿਮਿਟਡ ਕੰਮ ਹੁੰਦਾ ਸੀ ਡਾਕਖਾਨੇ ਕੋਲ, ਜਿੱਦਾਂ ਪਹਿਲਿਆਂ ਸਮਿਆਂ 'ਚ ਕਹਿੰਦੇ ਹੁੰਦੇ ਸੀ ਸਿਰਫ ਡਾਕ ਬਣਦੇ ਆ ਜਾਂ, ਪਰ ਅੱਜ ਦੇ ਟਾਈਮ 'ਚ ਸਰ ਜਿਹੜਾ ਡਾਕਖਾਨਾ ਆ ਉਹ ਕਾਫੀ ਗਰੋਥ ਕਰ ਚੁੱਕਾ ਹੋਇਆ ਆ। ਉਹ ਅੱਜ ਦੇ ਟਾਈਮ ਸਰ ਡਾਕ ਦੇ ਨਾਲ ਨਾਲ ਉਹ ਤਾਂ ਆਪਣਾ ਜੋ ਬੈਂਕਿੰਗ ਦੀਆਂ ਸੁਵਿਧਾਵਾਂ ਤੁਸੀਂ ਸਰਕਾਰ ਬੈਂਕ ਸ਼ਹਿਰ ਦੇ ਵਿੱਚ ਬੈਂਕ ਤੋਂ ਲੈਂਦੇ ਸੀ, ਉਹ ਸਾਰੀਆਂ ਸੁਵਿਧਾਵਾਂ ਸਰ ਤੁਹਾਨੂੰ ਹੁਣ ਪਿੰਡ ਦੇ ਵਿੱਚ ਵੀ ਮਿਲਦੀਆਂ ਪਈਆਂ। ਜਿਵੇਂ ਕਿ ਸਰ ਤੁਸੀਂ ਆਪਣੇ ਸਾਡੇ ਕੋਲ RD ਦੇ ਖਾਤੇ ਚੱਲਦੇ ਆ, ਸੇਵਿੰਗ ਦੇ ਇੰਟਰਸਟ ਰੇਟ ਸਭ ਤੋਂ ਵੱਧ ਆ ਸਾਡੇ ਬੈਂਕਾਂ ਨਾਲੋਂ ਵੱਧ ਆ ਜੀ। ਅਤੇ ਅਸੀਂ ਸਰ ਆਧਾਰ ਅਪਡੇਸ਼ਨਾਂ ਕਰਦੇ ਹਾਂ ਪਿੰਡ ਦੇ ਵਿੱਚ, ਸਾਡੇ ਜਿਹੜੇ BO ਜਾਂ ਆਪਾਂ ਛੋਟੇ ਪੋਸਟ ਆਫਿਸ ਹੈਗੇ ਆ ਜੀ, ਬ੍ਰਾਂਚ ਆਫਿਸ, ਉਹਨਾਂ ਸਰ ਆਪਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਸਰ ਨਵੇਂ ਇਸ਼ੂ ਕਰਦੇ ਹਾਂ, ਬਣਾਉਂਦੇ ਹਾਂ ਜੀ। ਅਤੇ ਬਾਕੀ ਸਰ ਉਹ ਮੋਬਾਈਲ ਅਪਡੇਟ, ਈਮੇਲ ਅਪਡੇਟ, ਫੋਟੋਗ੍ਰਾਫ ਚੇਂਜ ਉਹ ਸਾਡੀਆਂ ਐਸੋਆਂ 'ਚ ਹੁੰਦੀ ਆ। ਪਲੱਸ ਸਰ ਆਪਣੇ ਘਰ ਬੈਠੇ ਹੀ ਸਾਡੀ ਜਿਹੜੀ ਪਬਲਿਕ ਆ ਉਹ ਆਪਣੇ ਘਰ ਬੈਠੇ ਹੀ ਆਪਣੇ ਕਿਸੇ ਵੀ ਬੈਂਕ ਅਕਾਊਂਟ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚ ਹੀ, ਉਹਨਾਂ ਨੂੰ ਕਿਸੇ ਬੈਂਕ ਜਾਣ ਦੀ ਲੋੜ ਨਹੀਂ, ਕਿਤੇ ਸ਼ਹਿਰ ਜਾਣ ਦੀ ਲੋੜ ਨਹੀਂ, ਆਪਣੇ ਪਿੰਡ ਦੇ ਡਾਕਖਾਨੇ ਵਿੱਚੋਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਆ ਸਿਰਫ ਇੱਕ ਆਧਾਰ ਕਾਰਡ ਦੇ ਨੰਬਰ ਨਾਲ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਸਰ ਸੁਵਿਧਾਵਾਂ ਸਾਡੀਆਂ ਜਿੱਦਾਂ ਹੁਣ ਇੱਕ ਹੋਰ ਨਵੀਂ ਥੋੜ੍ਹਾ ਜਿਹਾ ਮੋਦੀ ਸਾਹਿਬ ਨੇ ਅਪਰੋਚ ਕੀਤੀ ਸੀ ਉਸ ਚੀਜ਼ ਨੂੰ ਵੀ, ਇੰਟਰਨੈਸ਼ਨਲ ਮੇਲ ਸਰ ਚੱਲ ਰਹੀ ਆ, ਉਹਦੇ ਰੇਟ ਬਹੁਤ ਜਾਇਜ਼ ਹੋਏ ਹੋਏ ਆ ਜੀ। ਅੱਜ ਦੇ ਟਾਈਮ 'ਚ ਜਿਹੜਾ ਬਾਹਰਲੀਆਂ ਕੋਰੀਅਰ ਕੰਪਨੀਆਂ ਸੀਗੀਆਂ ਉਹ ਡਿਪਾਰਟਮੈਂਟ ਆਫ ਪੋਸਟ ਦੇ ਹਿਸਾਬ ਨਾਲ ਮਤਲਬ ਰੇਟ ਉਹਨਾਂ ਦੇ ਕਾਫੀ ਵੱਧ ਆ, ਅਤੇ ਥੋੜ੍ਹਾ ਜਿਹਾ ਉਹ ਜਿਹੜੀ ਉਹਨਾਂ ਦੀ ਟੈਕਸ ਪੇਅਬਲ ਆ ਉੱਧਰ ਵੀ ਉਹ ਪੇਮੈਂਟ ਦਿੰਦੇ ਆ, ਉਹ ਪਬਲਿਕ ਤੋਂ ਇੱਧਰ ਵੀ ਲੈਂਦੇ ਆ। ਸਿਰਫ ਉਹਨਾਂ ਉਹ ਪਬਲਿਕ ਸਾਡੀ ਜਾਂਦੀ ਕਾਹਤੋਂ ਆ ਸਰ ਉੱਥੇ, ਉਹ ਸਿਰਫ ਇਸੇ ਕਰਕੇ ਜਾਂਦੀ ਆ ਜੀ ਕਿਉਂਕਿ ਉਹਨਾਂ ਦਾ ਜਿਹੜਾ ਉਹ ਥੋੜ੍ਹਾ ਜਿਹਾ ਸਾਨੂੰ ਨਾ ਉਹਨਾਂ ਦੀ ਮਾਰਕੀਟਿੰਗ ਦਾ ਤਰੀਕਾ ਸਰ, ਉਹ ਨਾ ਸਾਨੂੰ ਮਿੱਠੀਆਂ ਗੱਲਾਂ ਕਰ ਕਰਕੇ ਚਾਹ ਪਾਣੀ ਪਿਲਾ ਕੇ ਤਾਂ ਸਾਡੇ ਤੋਂ ਵੱਧ ਸਾਡੀ ਜੇਬ 'ਚੋਂ ਪੈਸੇ ਕਢਾਈ ਜਾਂਦੇ ਆ। ਸਾਡੇ ਪਬਲਿਕ ਕਹਿ ਦਿੰਦੀ ਆ ਯਾਰ ਬਈ ਨਹੀਂ ਉਹ ਸਾਨੂੰ ਚਾਹ ਪਾਣੀ ਪਿਲਾਉਂਦੇ ਆ ਜੀ, ਸਾਨੂੰ ਉਹ AC 'ਚ ਬਿਠਾਲਦੇ ਆ ਜਾਂ ਕੁਛ ਆ, ਹੈ ਨਾ, ਉਹ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਸਾਰੇ ਪ੍ਰਾਈਵੇਟ ਸੈਕਟਰ ਨੂੰ ਦੌੜਦੇ ਆ। ਬਟ ਜਿਹੜੀਆਂ ਹੁਣ ਸਰਕਾਰੀ ਸੁਵਿਧਾਵਾਂ ਮੰਤਰੀ ਸਾਹਿਬ ਨੇ ਦਿੱਤੀਆਂ ਹੋਈਆਂ ਆ, ਉਹਨਾਂ ਚੀਜ਼ਾਂ ਦਾ ਹੁਣ ਸਰਕਾਰ ਆਪਣੇ ਪਬਲਿਕ ਨੂੰ ਲਾਹਾ ਲੈਣਾ ਚਾਹੀਦਾ ਆ। ਸੋ ਆ ਜਿਹੜੀ ਯਾਤਰਾ ਦੇ ਬਿਹਾਫ 'ਤੇ ਉਹ ਵੱਧ ਤੋਂ ਵੱਧ, ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਵੱਧ ਤੋਂ ਵੱਧ ਅਪਰੋਚ ਕਰਕੇ ਯਾਤਰਾ 'ਚ ਪਾਰਟੀਸਪੇਟ ਕਰਨ, ਆਪਣੇ A to Z ਜੋ ਵੀ ਸੁਵਿਧਾਵਾਂ ਸਰਕਾਰ ਵੱਲੋਂ ਚੱਲ ਰਹੀਆਂ ਆ। ਇੱਥੇ ਸਰ ਤੁਸੀਂ ਦੇਖਿਆ ਹੋਣਾ ਸਾਡੇ ਡਿਪਾਰਟਮੈਂਟ ਆਫ ਪੋਸਟ ਨੇ ਵੀ ਲਾਈ ਹੋਈ ਹੈ ਕਨੋਪੀ ਜੀ, ਇਹਦੇ 'ਚ ਆਪਣੇ ਜਿੱਦਾਂ ਹੁਣ ਸਾਡੇ SSB ਸਾਹਿਬ ਨੇ ਦੱਸਿਆ ਜੀ ਇਹਨਾਂ ਨੇ ਆਧਾਰ ਅਪਡੇਸ਼ਨ ਕਰਨੀ ਆ, ਇੱਥੇ ਸਾਰੇ ਵੱਖ ਵੱਖ ਤਰੀਕਿਆਂ ਦੇ ਖਾਤਿਆਂ ਦੇ ਰਿਗਾਰਡਿੰਗ ਕਿਸੇ ਵੀ ਹੁਣ ਜਿਹੜੇ ਲੇਡੀ ਨੇ ਜਾਂ ਮੌਕੇ 'ਤੇ ਜਿਹੜਾ ਵੀ ਸਕੰਨਿਆਂ ਦਾ ਖਾਤਾ ਬੱਚੀ ਨੇ ਕਢਾਉਣਾ ਆ। ਇੱਕ ਸਰ ਮੋਦੀ ਸਰਕਾਰ ਉਹਨਾਂ ਨਵਾਂ ਅਨਾਊਂਸ ਹੋਇਆ ਸੀ ਇੱਕ ਰੀਸੈਂਟਲੀ 1 ਅਪ੍ਰੈਲ 2023 ਨੂੰ, ਉਹ ਸਰ ਜਨਾਨੀਆਂ ਦੇ ਨਾਮ 'ਤੇ ਖਾਤਾ ਸੀ, ਲੇਡੀਜ਼ ਲਈ ਸੀਗਾ, MSSC ਕਹਿੰਦੇ ਆਪਾਂ ਨੂੰ, ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ ਸਰ। ਉਹਦੇ 'ਚ ਕੀ ਸੀਗਾ ਜੀ, ਇਹ ਜਿਹੜਾ ਸਰ ਟਨਿਓਰ ਆ ਖਾਤੇ ਦਾ 2 ਸਾਲ ਦਾ ਹੈ ਜੀ, ਇਹ FD ਤਰ੍ਹਾਂ ਹੀ ਇੱਕ ਖਾਤਾ, ਬਟ ਇਹਨੂੰ ਆਪਾਂ ਸਿਰਫ ਨਾਮ ਹੀ ਦਿੱਤਾ ਹੋਇਆ ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ। ਉਹਦੇ 'ਚ ਕੀ ਹੈਗਾ ਸਰ, ਇਹਦੇ 'ਚ ਜਿਹੜਾ ਵਿਆਜ ਇੰਟਰਸਟ ਰੇਟ ਆ ਸਰ 8.5% ਆ ਜੀ। ਓਵਰਆਲ ਜੇ ਆਪਾਂ ਕਰੀਏ 2 ਸਾਲ ਦਾ, ਸਾਨੂੰ ਸਰ 2 ਲੱਖ ਦਾ 34,000 ਰੁਪਈਆ ਇੰਟਰਸਟ ਦਾ ਹੀ ਮਿਲ ਰਿਹਾ ਸਰ, 2,34,000 ਰੁਪਈਆ ਆਪਾਂ ਨੂੰ ਮਿਲ ਰਿਹਾ ਆ। ਆਪਾਂ ਜੇ ਕੋਰਸਪੋਂਡ ਇੰਟਰਸਟ ਓਵਰਆਲ ਇੰਟਰਸਟ ਦੇਖੀਏ, ਚੱਕਰਵਰਤੀ ਜਿਹਨੂੰ ਆਪਾਂ ਵਿਆਜ ਕਹਿੰਦੇ ਸਰ, ਉਹ ਮਿਲਾ ਕੇ। ਸੋ ਮੈਂ ਤਾਂ ਹੁਣ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਬਈ ਨੈਕਸਟ ਟਾਈਮ ਵੀ ਹੋਪ ਕਰਦੇ ਹਾਂ ਸਰ ਬੈਸਟ ਰਿਜ਼ਲਟ ਲਈ। ਕਿਵੇਂ ਦੇਖਦੇ ਹੋ ਕਿ ਜਿਹੜਾ ਇੱਕ ਡਾਕ ਘਰ ਜਿਹੜਾ ਸੇਵਾਵਾਂ ਵਧੀਆ ਸਹੂਲਤਾਂ ਵੀ ਦੇ ਰਹੇ ਆ ਪਿੰਡਾਂ ਦੇ ਵਿੱਚ, ਅਤੇ ਪਰ ਜੇ ਗੱਲ ਕਰਦੇ ਹਾਂ ਕਿ ਆਮ ਪਬਲਿਕ ਇਹਨਾਂ ਦੀਆਂ ਸਹੂਲਤਾਂ ਤੋਂ ਵਾਂਝੀ ਹੈ, ਬਹੁਤੇ ਲੋਕਾਂ ਨੂੰ ਇਸ ਚੀਜ਼ ਬਾਰੇ ਸੁਵਿਧਾਵਾਂ ਬਾਰੇ ਨਹੀਂ ਜਾਣਕਾਰੀ, ਤਾਂ ਉਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ, ਕਿੱਦਾਂ ਦੇ ਉਪਰਾਲੇ ਹੋਰ ਕਰਨੇ ਚਾਹੀਦੇ ਨੇ? ਉਹ ਸਰ ਮੈਂ ਤਾਂ ਸਿਰਫ ਇਹੀ ਚੀਜ਼ ਕਹਿਣਾ ਚਾਹੁੰਦਾ, ਕਿਉਂਕਿ ਨਾ ਪਿੰਡਾਂ 'ਚ ਹੁਣ ਜਿਹਦੀ ਸਰ ਮੈਂ ਤੁਹਾਨੂੰ ਪਹਿਲਾਂ ਵੀ ਕਰ ਚੁੱਕਿਆ, ਅਵੇਅਰਨੈਸ ਦੀ ਕਮੀ ਹੈ ਸਰ। ਸਾਡੇ ਜਿਹੜੇ ਪੁਰਾਣੇ ਮੁਲਾਜ਼ਮ ਹੁੰਦੇ ਸੀ ਪਿੰਡਾਂ ਦੇ ਡਾਕਖਾਨੇ ਵਾਲੇ, ਉਹ ਸਰ ਸਿਰਫ ਇਹੀ ਸੀਗਾ ਉਹਨਾਂ ਕੋਲ ਜੇ ਕੋਈ ਬੰਦਾ ਆ ਗਿਆ ਉਹਨੇ ਕੰਮ ਕਰ ਦੇਣਾ, ਪਲੱਸ ਜੇ ਕੋਈ ਜਿੱਦਾਂ ਆਪਾਂ ਕਹੀਏ ਬਈ ਡਾਕ ਰਿਲੇਟਡ ਜ਼ਿਆਦਾ ਪੈਰਵਾਈ ਹੁੰਦੀ ਸੀ, ਬਟ ਹੁਣ
ਉਹ ਜਿੱਦਾਂ ਕਰ ਸਰ ਥੋੜ੍ਹਾ ਜਿਹਾ ਅੱਗੇ ਅੱਗੇ ਟੈਕਨੋਲੋਜੀ ਵਧੀ ਜਾਂਦੀ ਆ, ਹੁਣ ਸਾਡੇ ਡਾਕਖਾਨਿਆਂ 'ਚ ਕੰਪਿਊਟਰ ਸਿਸਟਮ ਹੋ ਗਿਆ, ਔਨਲਾਈਨ ਸਿਸਟਮ ਹੋ ਗਿਆ ਸਾਰਾ, ਉਹਦੇ ਕਰਕੇ ਥੋੜ੍ਹਾ ਜਿਹਾ ਜਿੱਦਾਂ ਸਾਡੇ ਜਿਹੜੇ ਸਰ ਸੀਨੀਅਰ ਬੰਦੇ ਜਿੱਦਾਂ ਕਹਿ ਲਓ ਏਜਡ ਪਰਸਨ ਆ, ਉੱਦਾਂ ਤਾਂ ਉਹ ਰਿਟਾਇਰਮੈਂਟ 'ਤੇ ਬੈਠੇ ਹੋਏ ਆ ਪਿੰਡਾਂ ਵਾਲੇ ਡਾਕਖਾਨਿਆਂ 'ਚ, ਬਟ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਹੋ ਰਿਹਾ, ਪਰ ਸਰ ਸਾਡੇ ਐਸ ਏ ਬੀ ਸਾਹਿਬ ਨੇ ਇੱਕ ਨਾ ਸਾਡੇ ਹੁਸ਼ਿਆਰਪੁਰ ਹੈੱਡਕੁਆਰਟਰ ਮੇਨ ਦੇ ਵਿੱਚ ਹੀ ਇੱਕ ਸੁਵਿਧਾ ਅਰੇਂਜ ਕੀਤੀ ਹੋਈ ਆ, ਜਿਹੜਾ ਨੂੰ ਸਰ ਜਿਹੜੇ ਏਜਡ ਪਰਸਨ ਆ ਜਿਹਨਾਂ ਨੂੰ ਕੰਮ ਦਾ ਨਹੀਂ ਪਤਾ ਲੱਗ ਰਿਹਾ ਜਾਂ ਥੋੜ੍ਹੀ ਤੰਗੀ ਆ ਰਹੀ ਆ, ਸਰ ਉਹਨਾਂ ਦੀਆਂ ਸਰ ਨੇ ਸਪੈਸ਼ਲ ਟ੍ਰੇਨਿੰਗ ਲਗਾਈਆਂ ਹੋਈਆਂ ਆ, ਉਹਨਾਂ ਨੂੰ ਆਪਾਂ 15-15 ਦਿਨ ਦੀ ਟ੍ਰੇਨਿੰਗ ਦੇ ਰਹੇ ਹਾਂ, ਉਹਦੇ 'ਚ ਕੀ ਆ ਵੀ ਜਿਹੜੇ ਜਿਹਨਾਂ ਨੂੰ ਕੰਪਿਊਟਰ ਬਾਰੇ ਜਾਂ ਮਤਲਬ ਔਨਲਾਈਨ ਕੰਮ ਬਾਰੇ ਨਹੀਂ ਨੌਲੇਜ ਹੈਗੀ, ਸਰ ਨੇ ਉਹਨਾਂ ਨੂੰ ਮਤਲਬ ਸਾਡੇ ਇੱਥੇ ਡਿਪਾਰਟਮੈਂਟ ਵੱਲੋਂ ਜਾਂ ਚੰਡੀਗੜ੍ਹੋਂ ਅਪਰੂਵਲ ਕਰਵਾ ਕੇ ਅਤੇ ਉੱਥੇ ਟ੍ਰੇਨਿੰਗ 15-15 ਦਿਨ ਦੀ ਲਵਾਈ ਹੋਈ ਆ। ਸੋ ਇਨ ਫਿਊਚਰ ਆਪਾਂ ਹੋਪ ਕਰਦੇ ਹਾਂ ਵੀ ਸਾਰੇ ਹੀ ਇਸ ਚੀਜ਼ ਨੂੰ ਕਵਰ ਅਪ ਕਰਾਂਗੇ। ਜਿਹੜੀ ਸਰ ਤੁਸੀਂ ਗੱਲ ਕੀਤੀ ਸੀ ਵੀ ਸੁਵਿਧਾਵਾਂ ਤੋਂ ਵਾਂਝੇ ਆ ਲੋਕ, ਉਹ ਸਰ ਸਿਰਫ ਇਸੇ ਕਰਕੇ ਸੀਗਾ ਵੀ ਅਵੇਅਰਨੈਸ ਨਹੀਂ ਸੀਗੀ ਸਾਡੇ ਡਾਕਖਾਨੇ ਦੀ, ਬਟ ਹੁਣ ਜਿੱਦਾਂ ਕਿੱਦਾਂ ਸਰ ਸਾਡੀ ਨਵੀਂ ਭਰਤੀ ਆ ਰਹੀ ਆ ਅਤੇ ਉਹ ਹੁਣ ਅੱਗੇ ਅੱਗੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਡੀਲ ਕਰ ਰਹੇ ਆ, ਅਵੇਅਰ ਕਰ ਰਹੇ ਆ, ਕਿਉਂਕਿ ਸਰ ਉਹ ਚੀਜ਼ ਤਾਂ ਫਿਰ ਹੁਣ ਅਵੇਅਰ ਵੀ ਤਾਂਹੀਓ ਕਰਾਂਗੇ ਜੇ ਸਾਨੂੰ ਕੁਛ ਨੌਲੇਜ ਹੋਊਗੀ। ਜਦੋਂ ਨੌਲੇਜ ਸਾਡੇ ਕੋਲ ਸਰ ਪ੍ਰੋਪਰ ਹੋਊਗੀ ਫਿਰ ਹੀ ਆਪਾਂ ਦੱਸ ਸਕਦੇ ਹਾਂ ਕਸਟਮਰ ਨੂੰ ਵੀ ਤੈਨੂੰ ਆਹ ਚੀਜ਼ ਦਾ ਫਾਇਦਾ ਆ, ਆਹ ਚੀਜ਼ ਦਾ ਫਾਇਦਾ ਆ। ਸੋ ਸਰ ਨਾਲ ਗੱਲ ਕਰਦੇ ਹਾਂ ਸਰ, ਕਈ ਪਿੰਡਾਂ ਦੇ ਵਿੱਚ ਜਿਹੜੇ ਪੋਸਟ ਆਫਿਸ ਨੇ ਬੰਦ ਹੋ ਚੁੱਕੇ ਨੇ, ਉਹਨਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ? ਮੇਰੀ ਨੌਲੇਜ ਵਿੱਚ ਐਸਾ ਕੋਈ ਵੀ ਆਫਿਸ ਬੰਦ ਨਹੀਂ ਹੋਇਆ ਹੈ। ਜਿਸ ਜਗ੍ਹਾ ਬਿਲਕੁਲ ਹੀ ਕੰਮ ਨਹੀਂ ਹੈ ਤਾਂ ਲੋਕੇਸ਼ਨ ਜ਼ਰੂਰ ਚੇਂਜ ਹੋਈ ਹੋ ਸਕਦੀ ਹੈ। ਮੈਂ ਅਪੀਲ ਕਰੂੰਗਾ ਸਾਡੇ ਪਿੰਡਾਂ ਦੇ ਜਿਹੜੇ ਮਾਣਯੋਗ ਕਸਟਮਰ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੁਵਿਧਾ ਆਪਣੇ ਘਰ ਬੈਠੇ ਹਾਸਿਲ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਉਹਨਾਂ ਦੀ ਸੁਵਿਧਾ ਬਣੀ ਰਹੇ। ਪਰ ਕੋਈ ਫਰਕ ਪੈਂਦਾ ਕਿ ਜਿਹੜਾ ਸੇਵਾਵਾਂ ਕੇਂਦਰ ਜਿਹੜੇ ਖੁੱਲ੍ਹੇ ਨੇ, ਮਿੰਨੀ ਸੈਕਟਰੀ ਖੁੱਲ੍ਹੇ ਨੇ, ਆਮ ਪਬਲਿਕ ਦੇ ਪਿੰਡਾਂ ਦੇ ਵਿੱਚ ਵੀ ਕਈ ਆਫਿਸ ਇੱਦਾਂ ਖੁੱਲ੍ਹ ਚੁੱਕੇ ਨੇ, ਅਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਨਵਾਂ ਐਲਾਨ ਕੀਤਾ ਗਿਆ ਕਿ ਘਰ ਬੈਠਿਆਂ ਨੂੰ ਸੁਵਿਧਾ ਦਿੱਤੀ ਜਾਏਗੀ, ਜਿਹੜੇ ਜਿਹ ਵਿੱਚ ਘੱਟੋ ਘੱਟ 42-45 ਤਰ੍ਹਾਂ ਦੇ ਕੰਮ ਜਿਹੜੇ ਉਹ ਘਰ ਬੈਠਿਆਂ ਨੂੰ ਸੁਵਿਧਾ ਪ੍ਰੋਵਾਈਡ ਹੋਏਗੀ। ਉਹਨਾਂ ਦਾ ਸੇਵਾ ਕੇਂਦਰ ਦਾ ਇੱਕ ਜਿਹੜਾ ਕੋਈ ਵਿਅਕਤੀ ਜਾਏਗਾ, ਫਾਰਮ ਫਿੱਲ ਕਰਕੇ ਸਾਰਾ ਉਹਦਾ ਫਾਰਮ ਫਿੱਲ ਕਰਕੇ ਭਰੇਗਾ ਅਤੇ ਉਹਨੂੰ ਸੁਵਿਧਾ ਪ੍ਰੋਵਾਈਡ ਕੀਤੀ ਜਾਵੇਗੀ। ਕਿਵੇਂ ਦੇਖਦੇ ਹੋ ਕਿ ਤੁਹਾਨੂੰ ਇਸ ਕੰਮ ਦੇ ਵਿੱਚ ਕੋਈ ਉਹਦਾ ਫਰਕ ਪਵੇਗਾ? ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਸਾਡਾ ਟਰੱਸਟ 150 ਸਾਲ ਤੋਂ ਬਣਿਆ ਹੋਇਆ ਹੈ ਔਰ ਅਸੀਂ ਇਹ ਚੀਜ਼ਾਂ ਪਹਿਲਾਂ ਹੀ ਸਾਡੇ ਆਦਮੀ ਜੋ ਸਾਡਾ ਸਟਾਫ ਹੈ ਉਹ ਬਜ਼ੁਰਗਾਂ ਦੀ ਜਾਂ ਅਨਪੜ੍ਹ ਸਾਡੇ ਜਿਹੜੇ ਅਕਾਊਂਟਸ ਹੋਲਡਰ ਹੈ ਉਹਨਾਂ ਦੀ ਪਹਿਲਾਂ ਤੋਂ ਹੀ ਇਹਨਾਂ ਚੀਜ਼ਾਂ 'ਚ ਮਦਦ ਕਰ ਰਹੇ ਹੈ। ਬਾਕੀ ਜੋ ਸੁਵਿਧਾ ਕੇਂਦਰ ਸੁਵਿਧਾ ਦੇ ਰਹੇ ਹੈ ਉਹ ਸਟੇਟ ਰਿਲੇਟਡ ਹੈ, ਤੋ ਬਿਹਤਰ ਹੈ ਕਿ ਉਹ ਵੀ ਸਾਡੇ ਨਾਲ ਮਿਲ ਕੇ ਕੰਮ ਕਰਨ ਤਾਂ ਦੋਨਾਂ ਨੂੰ ਫਾਇਦਾ ਹੋ ਸਕਦਾ। ਦੀਨ ਮੰਤਰੀ ਜੀ ਵੱਲੋਂ ਅੱਜ ਦੌਰਾ ਕੀਤਾ ਜਾ ਰਿਹਾ, ਕੀ ਉਹਨਾਂ ਵੱਲੋਂ ਸਹੂਲਤ ਜਿਹੜੀ ਪ੍ਰਦਾਨ ਕੀਤੀ ਜਾਵੇਗੀ? ਸਰ ਅਸੀਂ ਆਏ ਹੈਗੇ ਇੰਡੀਅਨ ਆਇਲ ਵੱਲੋਂ, ਅਸੀਂ ਇੱਥੇ ਉਜਵਲਾ ਯੋਜਨਾ ਦੇ ਤਹਿਤ ਜਿਹੜੇ ਸਾਡੇ ਆਲਰੇਡੀ ਬੈਨੀਫਿਸ਼ਰੀਜ਼ ਹੈਗੇ ਹੈ ਉਹਨਾਂ ਵੱਲੋਂ ਕੋਈ ਵੀ ਆਉਣਾ ਚਾਹੁੰਦਾ ਉਹਨਾਂ ਦਾ EKYC ਕਰਾਂਗੇ ਔਰ ਜਿਹੜੇ ਕੋਈ ਨਵੇਂ ਬੈਨੀਫਿਸ਼ਰੀਜ਼ ਫੀਮੇਲ ਲੇਡੀਜ਼ ਹੈਗੀਆਂ ਗਰੀਬ ਉਹ ਆਪਣੇ ਫਾਰਮ ਇੱਥੇ ਭਰ ਸਕਦੀਆਂ ਹੈਗੀਆਂ ਅਤੇ ਇੱਥੇ ਆਲਰੇਡੀ ਜਿਹੜੇ ਹੈਗੇ ਉਹ 2 ਕਨੈਕਸ਼ਨ ਇੱਥੇ ਦਿੱਤੇ ਵੀ ਜਾਣਗੇ ਜਿਨ੍ਹਾਂ ਨੂੰ ਅਸੀਂ ਆਲਰੇਡੀ ਕਨੈਕਸ਼ਨ ਦੇ ਚੁੱਕੇ ਹਾਂ। ਮੈਡਮ ਜੇ ਗੱਲ ਕਰਦੇ ਹਾਂ ਕਿ ਕਈ ਇਹਨਾਂ ਸੁਵਿਧਾਵਾਂ ਤੋਂ ਵਾਂਝੇ ਨੇ ਜਿਨ੍ਹਾਂ ਨੂੰ ਅੱਜ ਤਾਂ ਰੈਲੀ ਜਿੱਦਾਂ ਰੱਖੀ ਹੋਈ ਹੈ ਇੱਥੇ, ਅੱਜ ਤਾਂ ਪ੍ਰੋਗਰਾਮ ਰੱਖਿਆ ਪਿਆ ਸੁਵਿਧਾ ਦੇਣ ਵਾਸਤੇ, ਪਰ ਜਿਹੜੇ ਜਿਨ੍ਹਾਂ ਨੂੰ ਨਹੀਂ ਇਸ ਚੀਜ਼ ਬਾਰੇ ਪਤਾ ਉਹਨਾਂ ਨੂੰ ਕਿਵੇਂ ਤੁਸੀਂ ਜਾਣਕਾਰੀ ਦੇਵੋਗੇ? ਸਰ ਅਸੀਂ ਵਿਲੇਜ ਟੂ ਵਿਲੇਜ ਵੀ ਦੌਰਾ ਕਰਦੇ ਹਾਂ, ਉਹਨਾਂ ਨੂੰ ਇਸ ਬਾਰੇ ਇਨਫੋਰਮ ਕਰਦੇ ਹੈਗੇ ਹਾਂ ਔਰ ਇਸ ਤੋਂ ਇਲਾਵਾ ਅਸੀਂ ਆਪਣੇ ਬੈਨਰਸ ਵੀ ਲਾਏ ਹੋਏ ਆ ਔਰ ਕੋਈ ਵੀ ਕਸਟਮਰ ਕੋਈ ਵੀ ਗਰੀਬ ਲੇਡੀ ਸਾਡੇ ਆਫਿਸ ਆ ਕੇ ਵੀ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਆ। ਪਲੀਜ਼ ਆਪਣਾ ਐਡਰੈਸ ਦੱਸ ਦਿਓ ਆਫਿਸ ਦਾ, ਜਨਤਕ ਆਮ ਜਨਤਾ ਨੂੰ ਪਤਾ ਲੱਗ ਸਕੇ। ਪ੍ਰਭਾਤ ਚੌਕ ਦੇ ਨੇੜੇ ਸਿਵਲ ਹਸਪੀਟਲ ਵਾਲੀ ਰੋਡ 'ਤੇ, ਹੁਸ਼ਿਆਰਪੁਰ ਗੈਸ ਸਰਵਿਸ, ਹੁਸ਼ਿਆਰਪੁਰ। ਸਰ ਕੇਂਦਰ ਸਰਕਾਰ ਵੱਲੋਂ ਆਮ ਗਰੀਬ ਜਿਹੜੇ ਜਨਤਾ ਨੇ ਜਾਂ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਸੁਵਿਧਾਵਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਨਵੀਂ ਇਹ ਜਿਹੜੀ ਸਕੀਮ ਲਾਂਚ ਕੀਤੀ ਹੋਈ ਹੈ, ਅਤੇ ਇਹਦੇ ਵਿੱਚ ਤੁਸੀਂ ਸਰ ਕੀ ਬੈਨੀਫਿਟਸ ਦੇ ਰਹੇ ਹੋ? ਅਸੀਂ ਜਦੋਂ
ਸੋਸ਼ਲ ਸਿਕਿਉਰਿਟੀ ਸਕੀਮਸ ਸੈਂਟਰ ਗੌਰਮੈਂਟ ਨੇ ਕੀਤੀਆਂ ਹੈਗੀਆਂ, ਜਿੱਦਾਂ ਆਮ ਜਨਤਾ ਦੇ ਲਈ, ਜਿਹੜੇ ਗਰੀਬ ਜਨਤਾ ਉਹਨਾਂ ਦੇ ਲਈ ਬੀਮੇ ਦੀਆਂ ਸਕੀਮਾਂ ਹੈਗੀਆਂ ਤਿੰਨ ਸਾਡੀਆਂ, ਸਾਰੇ ਬੈਂਕਸ ਉਹਨੂੰ ਕਰ ਰਹੇ ਆ। ਜਿੱਦਾਂ ਐਕਸੀਡੈਂਟਲ ਇੰਸ਼ੋਰੈਂਸ ਕੋਈ ਵੀ 20 ਰੁਪਏ ਲੱਗਦੇ ਸਿਰਫ ਸਾਲ ਦੇ, ਅਤੇ 2 ਲੱਖ ਰੁਪਏ ਦਾ ਫੈਮਿਲੀ ਨੂੰ ਬੀਮਾ ਉਹਦਾ ਇੰਸ਼ੋਰੈਂਸ ਮਿਲ ਜਾਂਦੀ ਹੈ। ਦੂਸਰਾ ਹੈਗਾ ਜੀਵਨ ਜੋਤੀ ਬੀਮਾ ਯੋਜਨਾ ਹੈਗੀ ਹੈ, ਇਹਦੇ 436 ਰੁਪਏ ਲੱਗਦੇ ਉਹ ਕਿਸੇ ਵੀ ਤਰ੍ਹਾਂ ਦੀ ਡੈਥ ਹੁੰਦੀ ਹੈ ਕਿਸੇ ਉਹਦੇ, ਉਹਦੇ ਜਿਹੜੇ ਫੈਮਿਲੀ ਦੇ ਸਾਰੇ ਡਿਪੈਂਡੈਂਟਸ ਹੈਗੇ ਆ ਉਹਨੂੰ ਇੱਕ ਤਰ੍ਹਾਂ ਦੀ ਹੈਲਪ ਹੋ ਜਾਂਦੀ। ਬੰਦਾ ਤਾਂ ਨਹੀਂ ਵਾਪਸ ਆ ਸਕਦਾ, ਲੇਕਿਨ ਚਲੋ ਉਹਨੂੰ ਕੋਈ ਮਾਲੀ ਹਾਲਤ ਉਹਦੇ ਥੋੜ੍ਹੇ ਹੈਲਪ ਹੋ ਜਾਂਦੀ ਹੈਗੀ ਆ। ਤੀਸਰੀ ਅਸੀਂ ਅਟਲ ਪੈਨਸ਼ਨ ਯੋਜਨਾ ਹੈ, ਜਿਹੜੇ ਆਮ ਬੰਦੇ ਜਿਹਨਾਂ ਨੂੰ ਕੋਈ ਸਰਕਾਰੀ ਪੈਨਸ਼ਨ ਨਹੀਂ ਹੈਗੀ, ਉਹ ਇੱਕ ਬੈਂਕਾਂ ਦੇ ਵਿੱਚ ਇੱਕ ਸਕੀਮ ਹੈਗੀ, 1,000 ਤੋਂ ਲੈ ਕੇ 5,000 ਤੱਕ ਉਹਨਾਂ ਨੂੰ, ਜਾਂ 60 ਸਾਲ ਦੀ ਉਮਰ ਹੋ ਜੂਗੀ ਉਹਨਾਂ ਨੂੰ ਪੈਨਸ਼ਨ ਲੱਗ ਜੂਗੀ। ਉਹਨਾਂ ਨੇ ਪਹਿਲਾਂ ਸਾਰੀ ਉਮਰ 1800 ਲੈ ਕੇ 50 ਸਾਲ ਤੱਕ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਾਉਣੇ ਹੁੰਦੇ, ਅਤੇ ਉਹ 60 ਸਾਲ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ, ਜਿਹਦਾ ਵੀ ਇੱਕ ਬੈਨੀਫਿਟ ਆ ਆਮ ਪਬਲਿਕ ਨੂੰ, ਜਿਹੜੇ ਕਿ ਸਾਰੇ ਬੈਂਕ ਪ੍ਰੋਵਾਈਡ ਕਰ ਰਹੇ ਆ। ਅਸੀਂ ਜ਼ਿਲ੍ਹੇ ਦੇ ਲੀਡ ਬੈਂਕ ਹਾਂ ਪੰਜਾਬ ਨੈਸ਼ਨਲ ਬੈਂਕ ਵੱਲੋਂ, ਅਸੀਂ ਸਾਰੇ ਬੈਂਕਾਂ ਨੂੰ ਉਹਦਾ ਕਰਦੇ ਪਏ। ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ? ਮੈਂ ਪਬਲਿਕ ਨੂੰ ਇਹੀ ਕਹਾਂਗਾ ਵੀ ਸਾਰੇ ਇਹਦਾ ਬੈਨੀਫਿਟ ਦਾ ਉਠਾਉਣ, ਸਾਰੇ ਆਪਣਾ ਜਿੱਥੇ ਜਿੱਥੇ ਵੀ ਕਿਸੇ ਦਾ ਬੈਂਕ 'ਚ ਖਾਤਾ ਹੈਗਾ ਆਪਣਾ ਇੰਸ਼ੋਰੈਂਸ ਕਰਵਾਉਣ, ਤਾਂ ਕਿ ਉਹਨਾਂ ਦੇ ਜਿਹੜੇ ਡਿਪੈਂਡੈਂਟ ਹੈ, ਚਲੋ ਪਰਮਾਤਮਾ ਨਾ ਕਰੇ ਇੱਦਾਂ ਦੀ ਗੱਲ ਹੋਵੇ, ਲੇਕਿਨ ਚਲੋ ਕੋਈ ਮਾਲੀ ਹਾਲਤ ਉਹਨਾਂ ਦੀ ਸੁਧਰ ਜਾਊ। ਥੈਂਕ ਯੂ ਜੀ। ਹਾਂਜੀ, ਮੈਂ ਕੇਂਦਰ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਲੋੜਵੰਦਾਂ ਨੂੰ ਸਹੂਲਤ ਦੇਣ ਲਈ ਸਕੀਮਾਂ ਅਲੱਗ ਅਲੱਗ ਤਰ੍ਹਾਂ ਦੀਆਂ ਸ਼ੁਰੂ ਕੀਤੀਆਂ ਗਈਆਂ ਨੇ, ਅਤੇ ਅੱਜ ਹੁਸ਼ਿਆਰਪੁਰ ਵਿਖੇ ਵੀ ਮੰਤਰੀ ਸਾਹਿਬ ਦਾ ਦੌਰਾ ਕੀਤਾ ਜਾ ਰਿਹਾ, ਅਤੇ ਕੀ ਇਹ 'ਚ ਸਹੂਲਤਾਂ ਨੇ ਔਰ ਕਿਵੇਂ ਤੁਸੀਂ ਪਬਲਿਕ ਨੂੰ ਗਾਈਡ ਕਰਦੇ ਹੋ? ਹਾਂਜੀ, ਇਹ ਸਵੱਛ ਭਾਰਤ ਦੇ ਤਹਿਤ IHHL ਦੀ ਸਕੀਮ ਹੈਗੀ, ਇੰਡੀਵਿਜੁਅਲ ਹਾਊਸ ਹੋਲਡ ਲੈਟਰਿਨ। ਅਤੇ ਇਸ ਜੋ ਸਕੀਮ ਹੈ, ਇਸ ਦਾ ਮੰਤਵ ਹੈਗਾ ਆ ਜੀ, ਸ਼ਹਿਰ ਨੂੰ ਓਪਨ ਡੈਫੀਕੇਸ਼ਨ ਫਰੀ ਕਰਨਾ ਪਏ, ਤਾਂ ਜੋ ਜਿਹੜੇ ਲੋਕ ਖੁੱਲ੍ਹੇ ਵਿੱਚ ਸ਼ੌਚ ਜਾਂਦੇ ਨੇ ਉਹ ਖੁੱਲ੍ਹੇ ਵਿੱਚ ਸ਼ੌਚ ਨਾ ਜਾਣ। ਇਸ ਜਿਨ੍ਹਾਂ ਘਰਾਂ ਦੇ ਵਿੱਚ ਟੋਇਲਟ ਨਹੀਂ ਬਣੀ ਹੋਈ ਹੈਗੀ, ਉਹ ਆਪਣੀ ਇੱਥੇ ਐਪਲੀਕੇਸ਼ਨ ਜਿਹੜੀ ਆ ਉਹ ਭਰ ਕੇ MC ਤੋਂ ਸਾਈਨ ਕਰਵਾ ਕੇ ਦੇ ਸਕਦੇ ਆ, ਅਤੇ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੇ ਆ ਉਹ ਪੈਸੇ ਆਉਣਗੇ ਕਿ ਤਾਂ ਜੋ ਆਪਣੇ ਘਰ ਦੇ ਵਿੱਚ ਜਿਹੜੀ ਆ ਉਹ ਟੋਇਲਟ ਬਣਾ ਸਕਣ। ਅੱਜ ਤਾਂ ਤੁਸੀਂ ਇੱਥੇ ਬੈਠੇ ਹੋ, ਤਾਂ ਜੇ ਕਿਸੇ ਹੋਰ ਵਿਅਕਤੀ ਨੂੰ ਤੁਹਾਡੇ ਕੋਲ ਪਹੁੰਚ ਕਰਨੀ ਹੋਵੇ ਤਾਂ ਕਿੱਥੇ ਉਹ ਮਿਲ ਸਕਦਾ ਤੁਹਾਨੂੰ? ਹਾਂਜੀ ਸਰ, ਉਹ ਆਪਣੇ ਨਗਰ ਨਿਗਮ ਆ ਸਕਦੇ ਆ, ਨਗਰ ਨਿਗਮ ਕਮਰਾ ਨੰਬਰ 35 ਜਿਹੜਾ ਹੈਗਾ ਆ, ਤੁਸੀਂ ਉੱਥੇ ਆ ਕੇ ਉਹ ਪਹੁੰਚ ਕਰ ਸਕਦੇ ਆ, ਅਤੇ ਆ ਕੇ ਜਿਹੜਾ ਆਪਣਾ ਜੋ ਵੀ ਕੰਡੀਸ਼ਨਸ ਹੈਗੀਆਂ ਉਹ ਦੱਸ ਸਕਦੇ ਆ। ਇਹਦੇ ਵਿੱਚ ਇਹ ਆ ਕਿ ਨਾਲ ਇੱਕ ਫੀਲਡ ਵੈਰੀਫਿਕੇਸ਼ਨ ਵੀ ਕੀਤੀ ਜਾਏਗੀ ਕਿ ਸੱਚਮੁੱਚ ਹੀ ਉਹਦੇ ਘਰ ਦੇ ਵਿੱਚ ਟੋਇਲਟ ਨਹੀਂ ਹੈਗੀ, ਅਤੇ ਅਗਰ ਉਹਦੇ ਘਰ ਦੇ ਵਿੱਚ ਟੋਇਲਟ ਨਹੀਂ ਹੈਗੀ ਤਾਂ ਫਿਰ ਉਹਨੂੰ ਸਰਕਾਰ ਵੱਲੋਂ ਜਿਹੜੀ ਆ ਸਹਾਇਤਾ ਦਿੱਤੀ ਜਾਏਗੀ ਵੀ ਤਾਂ ਜੋ ਆਪਣੇ ਘਰ ਦੇ ਵਿੱਚ ਸ਼ੌਚ ਬਣਾ ਸਕਣ, ਅਤੇ ਆਪਣੇ ਸ਼ਹਿਰ ਨੂੰ ਜਿਹੜਾ ਆ ਉਹ ਗੰਦਗੀ ਤੋਂ ਮੁਕਤ ਕੀਤਾ ਜਾ ਸਕੇ। ਹਾਂਜੀ, ਸੋ ਸਾਡੇ ਨਾਲ ਹੁਣ ਪੰਜਾਬ ਐਂਡ ਸਿੰਧ ਬੈਂਕ ਦੇ ਕਰਮਚਾਰੀ ਜੁੜ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਕੇ ਜਾਣਕਾਰੀ ਹਾਸਲ ਕਰਦੇ ਹਾਂ ਕਿ ਉਹਨਾਂ ਵੱਲੋਂ ਕੀ ਸੁਵਿਧਾਵਾਂ ਲੈ ਕੇ ਇੱਥੇ ਪਹੁੰਚ ਕੀਤੀ ਗਈ ਹੈ, ਕਿੱਦਾਂ ਲੋਕਾਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਜਾ ਰਹੀ ਹੈ। ਨਮਸਕਾਰ ਸਰ, ਸਵਾਗਤ ਹੈ GBC ਅਪਡੇਟ ਦੇ। ਆਪਕਾ ਵੀ ਸਵਾਗਤ ਹੈ। ਹਮ ਲੋਕ ਪੰਜਾਬ ਐਂਡ ਸਿੰਧ ਬੈਂਕ ਸੇ ਹੈ, ਟਾਂਡਾ ਰੋਡ ਹੁਸ਼ਿਆਰਪੁਰ ਸੇ। ਹਮਾਰੇ ਬੈਂਕ ਕੀ ਤਰਫ ਸੇ ਆਪਕੋ ਸਾਰੀ ਜਨ ਸੇਵਾਏਂ ਪ੍ਰਦਾਨ ਕੀ ਜਾਏਗੀ, ਜੈਸੇ ਖਾਤੇ ਖੋਲਨੇ, ਲੋਨ ਕੀ ਸਕੀਮੇ ਔਰ ਮੁਦਰਾ ਯੋਜਨਾ ਔਰ ਜਨ ਸੁਰੱਖਿਆ ਬੀਮਾ ਵਗੈਰਾ ਵੀ ਪ੍ਰੋਵਾਈਡ ਕੀਏ ਜਾਏਗੇ, ਜੋ ਹਮਾਰੇ ਮਾਨਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਲਾਂਚ ਕੀ ਗਈ ਸੀ 2014 ਮੈਂ। ਜੈਸੇ ਹਮਾਰੇ ਸੁਰੱਖਿਆ ਬੀਮਾ ਹੋ ਗਈ, ਜੀਵਨ ਜੋਤੀ ਬੀਮਾ ਹੋ ਗਈ, ਇਹ ਸਾਰੀ ਸੇਵਾਏਂ ਹਮਾਰੇ ਬੈਂਕ ਕੀ ਤਰਫ ਸੇ ਪ੍ਰੋਵਾਈਡ ਕੀ ਜਾਤੀ ਹੈ। ਔਰ ਕੋਈ ਵੀ ਸਬਸਿਡੀ ਸਕੀਮ ਵਗੈਰਾ ਆਪਣੇ ਅਗਰ ਲੈਣੀ ਹੈ ਤਾਂ ਆਪ ਹਮਾਰੇ ਬੈਂਕ ਮੈਂ ਕੰਟੈਕਟ ਕਰ ਸਕਦੇ ਹਾਂ। ਸਰ, ਇਸ ਤਰ੍ਹਾਂ ਕਿ ਹੋਰ ਵੀ ਕੋਈ ਕੈਂਪ ਆਪਕੇ ਤਰਫ ਸੇ ਲਗਾਏ ਜਾ ਰਹੇ ਹੈ? ਹਾਂਜੀ, ਹਮਾਰੇ ਨਾ ਹਰ ਮਹੀਨੇ ਯਹਾਂ ਪੇ ਆਸ ਪਾਸ ਕੇ ਗਾਓਂ ਮੈਂ ਸਕੀਮੋਂ ਕੋ ਲਾਂਚ ਜਬ ਹੋਤੀ ਹੈ ਤੋ ਹਮ ਲੋਗ ਉਸਕੇ ਕੈਂਪ ਲਗਾਤੇ ਹੈ,
और इस वक्त जो सबसे ज़्यादा रेट ऑफ इंटरेस्ट एफडी डिपॉजिट्स वगैरह पे दिया जा रहा है वो हमारा बैंक दे रहा है, जो 444 दिन की है, और उस पर हमें जो है 7.40 दिया जा रहा है, और सीनियर सिटीज़न को 7.90 और सुपर सीनियर सिटीज़न को 8.05 दिया जा रहा है, जो इस वक्त सारे बैंकों में सबसे ज़्यादा हमारा बैंक प्रोवाइड कर रहा है। तो जनता को क्या मैसेज देना चाहोगे? सब जनता को यही मैसेज देना चाहेंगे कि आप जितने भी हैं अपने हमारे गांव के जो भी लोग हैं वो आके अपने खाते खुलाएं, क्योंकि आज भी लोग जो है खाते खुलाने से बहुत डरते हैं, तो वो अपने आके खाते खुलाएंगे तो उनको ये है कि डायरेक्टली सरकार की तरफ से जो सुविधाएं मिल रही हैं वो सीधे उनके खाते में आएगी, और ये करप्शन रोकने का भी साधन बहुत बढ़िया है। सो दोस्तों, जिस तरह वक् वक् तरह दुविधावान प्रोवाइड की जा रही ने, लोगों को जानकारी दी जा रही है, ਜਿਵੇਂ ਕਿ ਗੈਸ ਸਿਲੰਡਰਾਂ ਬਾਰੇ, ਬੈਂਕਿੰਗ ਸਰਵਿਸ ਬਾਰੇ, ਜਾਂ ਫਿਰ ਆਧਾਰ ਕਾਰਡ ਬਾਰੇ, ਜਾਂ ਹੋਰ ਵੀ ਕੋਈ ਸਰਵਿਸ ਹੈ। ਇਸ ਤਰ੍ਹਾਂ ਹੀ ਭਾਰਤੀ ਖਾਦ ਨਿਗਮ ਵੱਲੋਂ ਵੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਹਾਂਜੀ, ਨਮਸਕਾਰ ਸਰ, ਸਵਾਗਤ ਹੈ ਜੀਬੀਸੀ। ਨਮਸਕਾਰ ਸਰ। ਸਰ, ਕੀ ਪ੍ਰੋਵਾਈਡ ਕੀਤਾ ਜਾ ਰਿਹਾ, ਕਸਟਮਰ ਨੂੰ ਕਿਸ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਕੀ ਕੁਛ ਤੁਹਾਡੇ ਕੋਲ ਲਿਆਂਦਾ ਜਾ ਗਿਆ ਸਰ ਇਸ ਸਕੀਮ ਦੇ ਵਿੱਚ? ਗੇਹੂੰ ਔਰ ਚਾਵਲ ਦੋ ਚੀਜ਼ਾਂ ਹੋਤੀ ਹੈ ਸਰ। ਇੱਕ ਚਾਵਲ ਮੇਂ ਦੋ ਤਰ੍ਹਾਂ ਕੀ ਵਰਾਇਟੀ ਹੈ ਸਰ, ਇੱਕ CMR ਹੋਤਾ कस्टमाइज राइस मिल, और एक होता है सर फोर्टिफाइड राइस। फोर्टिफाइड राइस में सर जो उसकी न्यूट्रिशनल वैल्यू है सर वो बढ़ा के देते हैं सर, उसमें फोलिक एसिड, विटामिन और विटामिन B12, ये आयरन, ये तीन चीज़ें एक्स्ट्रा होती हैं सर। तो इसके सर प्राइस वगैरह क्या है? या प्राइस वगैरह जो है क्या कहते हैं, ये जैसे APL, BPL और सारे जो है ना, ये मतलब सेंट्रल गवर्नमेंट का है सर, ये स्टेट गवर्नमेंट का हम सप्लाई कर देते हैं। स्टेट गवर्नमेंट सर इसको जो है क्या कहते हैं, फ्री में सप्लाई करती है जी। तो सर, जनता को कोई मैसेज देना चाहोगे? जनता को मैसेज ये देना चाहेंगे कि जनता जो है क्या कहते हैं, हमारा सपोर्ट करे। हम जनता की पूरी सेवा करते हैं सर, पूरे साल हम कोविड के टाइम पे भी हमने जो है क्या कहते हैं, मंडियों में पूरा टाइम काम किया सर, ठीक है। उनके सहयोग से जो है क्या कहते हैं, जितना भी मतलब आप ये देखो, मंडियों में जितना भी अनाज आता सारा हमारे द्वारा जो है क्या कहते हैं, खरीदा जाता है सर। तो हम जो है क्या कहते हैं, उम्मीद करेंगे कि जनता भी हमारा सहयोग करेगी। तो अगर किसी ने आपके साथ संपर्क करना हो या आपको आपके पास पहुंचना, तो कहां पर सर संपर्क कर सकते? हमारा जो ये क्या कहते हैं, NRI थाने के सामने सर डिस्ट्रिक्ट ऑफिस है सर, वहां संपर्क कर सकते हैं। बाकी रहीमपुर चौक के पास सर अपना जो है क्या कहते हैं, गोडाउन है जहां पे ये अनाज स्टोर रहता सर। अगर जो है क्या कहते हैं, उनको कार्यालय से रिलेटेड कोई काम है तो वो सर जो है क्या कहते हैं, NRI थाने के सामने भारतीय खाद्य निगम का मंडल कार्यालय है सर, वहां से संपर्क कर सकते हैं वो। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਵੱਲੋਂ ਜੋ ਵੀ ਆਮ ਪਬਲਿਕ ਜਾਂ ਲੋੜਵੰਦ ਵਿਅਕਤੀਆਂ ਲਈ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ, ਉਸ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਵਿਖੇ ਇੱਕ ਕੈਂਪ ਲਗਾਇਆ ਗਿਆ, ਅਤੇ ਕੇਂਦਰ ਸਰਕਾਰ ਦੇ ਮੰਤਰੀ ਸਾਹਿਬ ਵੀ ਇੱਥੇ ਪਹੁੰਚ ਰਹੇ ਹਨ, ਜਿਨ੍ਹਾਂ ਵੱਲੋਂ ਇਹਨਾਂ ਚੀਜ਼ਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਲੋੜਵੰਦ ਵਿਅਕਤੀਆਂ ਨੂੰ ਇਹਨਾਂ ਸਕੀਮਾਂ ਬਾਰੇ ਪ੍ਰੇਰਣਾ ਦਿੱਤੀ ਜਾਏਗੀ। ਸੋ ਇਹਨਾਂ ਸਕੀਮਾਂ ਨੂੰ ਲਾਂਚ ਕਰਨ ਲਈ ਜਾਂ ਸਕੀਮ ਲੈਣ ਵਾਸਤੇ ਇਹਨਾਂ ਦੇ ਫਾਰਮ ਵੀ ਇੱਥੇ ਭਰੇ ਜਾ ਰਹੇ ਹਨ, ਅਤੇ ਵੱਖ ਵੱਖ ਬੈਂਕਿੰਗ ਸੁਵਿਧਾ ਨੂੰ ਲੈ ਕੇ ਜਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਨੂੰ ਲੈ ਕੇ ਅਤੇ ਇਹਨਾਂ ਨੂੰ ਚੀਜ਼ਾਂ ਨੂੰ ਲੈ ਕੇ ਇੱਥੇ ਫਾਰਮ ਵੀ ਭਰੇ ਜਾ ਰਹੇ ਹਨ, ਅਤੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਆਪਣੇ ਆਪਣੇ ਐਡਰੈਸ ਵੀ ਦੱਸੇ ਜਾ ਚੁੱਕੇ ਹਨ, ਅਤੇ ਜੇ ਕਿਸੇ ਨੇ ਕਿਤੇ ਇਸ ਚੀਜ਼ ਦੀ ਸੁਵਿਧਾ ਵੀ ਲੈਣੀ ਹੋਵੇ ਤਾਂ ਉਹ ਇਹਨਾਂ ਦੇ ਆਫਿਸ ਤੱਕ ਪਹੁੰਚ ਕਰਕੇ ਉੱਥੇ ਆਪਣੇ ਫਾਰਮ ਫਿਲ ਕਰਕੇ ਇਹ ਸੁਵਿਧਾ ਨੂੰ ਲੈ ਸਕਦਾ ਹੈ। ਮੈਡਮ, ਵਿਕਸਿਤ ਭਾਰਤ ਸੰਕਲਪ ਯੋਜਨਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੀਏ ਜੀ, ਪ੍ਰਧਾਨ ਮੰਤਰੀ ਮੋਦੀ ਜੀ ਦੀ ਗਰੰਟੀ ਦੀ ਜਿਹੜੀ ਕਹਿੰਦੇ ਆ ਨਾ ਗਰੰਟੀ, ਉਹ ਤੁਹਾਡੇ ਘਰ ਚੱਲ ਕੇ ਆਈ ਹੈ। ਜੇ ਅਸੀਂ ਉਹਦੇ 'ਚ ਵੀ ਅੱਜ ਸਕੀਮਾਂ ਦਾ ਫਾਇਦਾ ਨਾ ਲਿੱਤਾ, ਸਾਡੇ ਸਾਰਿਆਂ ਨੂੰ ਸਰਕਾਰ ਦੇ ਰਹੀ ਹੈ, ਅਤੇ ਅਸ ਮੈਂ ਬਹੁਤ ਬਹੁਤ ਤਾਰੀਫ ਕਰਦੀ ਹਾਂ ਇਸ ਗੱਲ ਦੇ ਉੱਤੇ ਕਿ ਪ੍ਰਧਾਨ ਮੰਤਰੀ ਜਿਹੜੇ ਸਾਡੇ ਘਰ ਚੱਲ ਕੇ ਸਾਨੂੰ ਇਹ ਸਕੀਮਾਂ ਦਾ ਫਾਇਦਾ ਦੇ ਰਹੇ ਨੇ, ਅਤੇ ਲੋਕ
ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਟਾਈਮ ਸਾਰਾ ਜਾਣ ਵੀ ਰਹੇ ਨੇ ਕੀ ਯੋਜਨਾਵਾਂ ਇੱਥੇ ਆਈਆਂ, ਉਜਵਲਾ ਯੋਜਨਾ, ਆਯੁਸ਼ਮਾਨ ਯੋਜਨਾ, ਔਰ ਖੇਤੀਬਾੜੀ ਦਾ ਸਾਰਾ ਉਹਨਾਂ ਨੇ ਰੱਖਿਆ ਹੋਇਆ, ਪੋਸਟ ਆਫਿਸ ਤੋਂ ਆਏ ਹੋਏ ਨੇ, ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਵੀ ਇਸ ਤਰ੍ਹਾਂ ਦਾ ਜਿਹੜਾ ਕਿ ਮੇਰੇ ਖਿਆਲ 'ਚ ਕਦੀ ਕਿਸੇ ਗਵਰਨਮੈਂਟ ਨੇ ਕਿਸੇ ਇਨਸਾਨ ਨੇ ਵੀ ਨਹੀਂ ਸੋਚਿਆ ਨਾ, ਜੋ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਸੋਚ ਰਹੇ ਨੇ। ਕਈ ਲੋਕ ਇਸ ਚੀਜ਼ ਬਾਰੇ ਅਵੇਅਰ ਨਹੀਂ ਹੈ, ਉਹਨਾਂ ਵਾਸਤੇ ਕੋਈ ਹੋਰ ਵੀ ਕੋਈ ਉਪਰਾਲੇ ਕਿਤੇ ਜਾਣਗੇ? ਦੇਖੀਏ ਰੋਜ਼ ਰੋਜ਼ ਹਰ, ਵੈਸੇ ਤਾਂ ਸਭ ਨੂੰ ਪਤਾ ਹੈ ਰੋਜ਼ ਰੋਜ਼ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੜੀ ਹੈਗੀ ਹੈ, ਬਸ ਇਹ ਪਿੰਡਾਂ 'ਚ ਵੀ ਜਾ ਰਹੀ ਹੈ ਔਰ ਸ਼ਹਿਰਾਂ 'ਚ ਵੀ ਜਾ ਰਹੀ ਹੈ, ਔਰ ਤੁਸੀਂ ਦੇਖ ਸਕਦੇ ਹੋ ਕਿ ਵੀ ਲੋਕਾਂ ਦਾ ਤਾਂਤਾ ਲੱਗਾ ਹੋਇਆ ਪੂਰੇ ਕਿਤੇ। ਕੱਲ੍ਹ ਬੱਸ ਸਟੈਂਡ 'ਚ ਸੀਗੀ, ਸੈਸ਼ਨ ਚੌਂਕ ਸੀਗੀ, ਪੁਰ ਹੀਰਾ ਚੌਂਕ ਸੀਗੀ, ਅਤੇ ਇਹ ਜਿਹੜਾ ਕਿ ਵੀ ਹਰ ਜਗ੍ਹਾ 'ਤੇ ਲੋਕ ਉੱਥੇ ਪ੍ਰਭਾਵਿਤ ਹੋ ਰਹੇ ਨੇ ਔਰ ਉਹਦੇ ਫਾਇਦਾ ਲੈ ਰਹੇ ਨੇ ਸਕੀਮਾਂ ਦਾ। ਸਰ, ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾ ਨੂੰ ਦੇਖਦੇ ਹੋਏ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ, ਅਤੇ ਕੀ ਕਹਿਣਾ ਚਾਹੋਗੇ ਇਸ ਸੰਬੰਧੀ? ਮਤਲਬ ਮੋਦੀ ਸਾਹਿਬ ਦੀ ਇਹ ਸੋਚ ਹੈ ਕਿ ਜਿੰਨੀਆਂ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਹੈਗੀਆਂ ਨੇ ਉਹ ਹੇਠਲੇ ਪੱਧਰ ਤੱਕ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਕਿਤੇ ਪ੍ਰੋਬਲਮਸ ਆ ਰਹੀਆਂ ਨੇ, ਕਿਤੇ ਇੰਨੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ, ਉਹਦੇ ਲਈ ਇਹ ਕੈਂਪ ਲਾਏ ਜਾਂਦੇ ਨੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੂੰ ਜਿੱਦਾਂ ਗੈਸ ਉਜਾਲਾ ਆ, ਪ੍ਰਾਈਮ ਮਿਨਿਸਟਰ ਉਜਾਲਾ ਯੋਜਨਾ ਆ, ਜਿੰਨੀਆਂ ਵੀ ਯੋਜਨਾਵਾਂ ਤੁਸੀਂ ਕੈਂਪ ਲੱਗੇ ਦੇਖ ਰਹੇ ਹੋ, ਉਹਨਾਂ ਦਾ ਇੱਕ ਮਕਸਦ ਹੈ ਕਿ ਲੋਕਾਂ ਤੱਕ ਉਹ ਜਿਹੜੀ ਸਹੂਲਤ ਪਹੁੰਚਣੀ ਚਾਹੀਦੀ ਹੈ। ਉਹਦੇ ਲਈ ਅੱਜ ਸਾਡੇ ਮੰਤਰੀ ਸਾਹਿਬ ਆ ਰਹੇ ਨੇ ਇੱਥੋਂ ਸੈਂਟਰ ਦੇ, ਜਿਹੜਾ ਕਿ ਮੋਦੀ ਸਾਹਿਬ ਦੀ ਜਿਹੜੀ ਗਰੰਟੀ ਹੈ, ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਦੱਸਣ ਬਾਰੇ, ਲੋਕਾਂ ਤੱਕ ਪਹੁੰਚਾਉਣ ਬਾਰੇ। ਪਰ ਜੇ ਗੱਲ ਕਰਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਹੀ ਇਹ ਸੁਵਿਧਾ ਨੂੰ ਕੈਂਪ ਲਗਾਇਆ ਜਾ ਰਿਹਾ ਇਸ ਚੀਜ਼ ਦੇ ਸੰਬੰਧ ਦੇ ਵਿੱਚ, ਪਰ ਪਿੰਡਾਂ ਦੇ ਵਿੱਚ ਨੂੰ ਜਿਹੜੇ ਕੈਂਪ ਕੋਈ ਇੱਦਾਂ ਦਾ ਨਹੀਂ ਹੈ ਤੱਕ ਲਗਾਇਆ ਗਿਆ, ਉਸ ਚੀਜ਼ ਨੂੰ ਲੈ ਕੇ ਕੀ ਸੋਚ ਰਹੇ? ਪਿੰਡਾਂ 'ਚ ਬਿਲਕੁਲ ਵੈਨ ਆ ਗਈਆਂ ਹੈਗੀਆਂ, ਸਾਰੇ ਪਿੰਡਾਂ ਦੇ ਪ੍ਰੋਗਰਾਮ ਆ, ਜਿੱਦਾਂ ਜਿੱਦਾਂ ਪ੍ਰੋਗਰਾਮ ਆ, ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਅਸੀਂ ਕੋਈ ਕੋਮਨ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਵਿੱਚ ਇਕੱਠੇ ਕਰਕੇ ਸਾਰੇ ਕੈਂਪ ਉੱਥੇ ਵੀ ਲੱਗਣਗੇ, ਪੂਰੀ ਫੈਸਿਲਿਟੀ ਜਿਹੜੀ ਹੈ ਇਹ ਸਾਰੀ ਪਿੰਡਾਂ ਦੇ ਲੋਕਾਂ ਨੂੰ ਵੀ ਦਿੱਤੀ ਜਾਏਗੀ। ਕੀ ਉਮੀਦ ਕਰਦੇ ਹੋ ਕਿੰਨੇ ਸਮੇਂ ਤੱਕ ਸਾਰੇ ਜਿਹੜੇ ਲੋੜਵੰਦ ਵਿਅਕਤੀ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਦੀ ਸੁਵਿਧਾ ਪ੍ਰੋਵਾਈਡ ਲੈਣੀ ਚਾਹੀਦੀ ਹੈ ਅਤੇ ਕਦੋਂ ਤੱਕ ਇਹ ਕਵਰ ਹੋ ਜਾਏਗਾ? ਸਰ, 117 ਹਲਕੇ ਆ ਪੰਜਾਬ ਦੇ, 117 ਹੀ ਗੱਡੀਆਂ ਇੱਥੇ ਆ ਚੁੱਕੀਆਂ ਪੰਜਾਬ 'ਚ, ਆਪਣੀ ਆਪਣੀ ਜਗ੍ਹਾ ਹਰ ਕੋਈ ਘੁੰਮ ਰਹੀ। ਇੱਦਾਂ ਹੀ ਜਿੱਦਾਂ ਇੱਥੇ ਹੈ, ਹੁਣ ਇਸ ਤੋਂ ਬਾਅਦ ਚੱਬੇਵਾਲ ਹੈ, ਜਿਹੜੀਆਂ ਪਿੰਡਾਂ ਦੀਆਂ ਗੱਡੀਆਂ ਪਿੰਡਾਂ 'ਚ ਘੁੰਮ ਰਹੀਆਂ। ਉਮੀਦ ਹੈ ਕਿ ਬਹੁਤ ਜਲਦ ਜਿਹੜੀਆਂ ਇਹ ਯੋਜਨਾਵਾਂ ਵਾ ਸਾਰਿਆਂ ਲੋਕਾਂ ਕੋਲ ਪਹੁੰਚ ਜਾਣਗੀਆਂ ਔਰ ਲੋਕਾਂ ਨੂੰ ਇਹਦਾ ਬੈਨੀਫਿਟ ਮਿਲੇਗਾ। ਔਰ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਜਿੰਨੀਆਂ ਵੀ ਇਹ ਸਹੂਲਤਾਂ ਹੈਗੀਆਂ ਉਹਨਾਂ ਨੂੰ ਉਹਦਾ ਫਾਇਦਾ ਲੈਣਾ ਚਾਹੀਦਾ। ਇਹ ਦੇਸ਼ ਲੋਕਾਂ ਦੇ ਲਈ ਹੈ, ਸਾਰੀਆਂ ਫੈਸਿਲਿਟੀਆਂ ਮੋਦੀ ਸਾਹਿਬ ਨੇ ਦਿੱਤੀਆਂ ਔਰ ਇਹਦਾ ਬੈਨੀਫਿਟ ਲੈਣਾ ਚਾਹੀਦਾ। ਥੈਂਕ ਯੂ। ਹਾਂਜੀ ਸਰ, ਕੇਂਦਰ ਸਰਕਾਰ ਵੱਲੋਂ ਸਕੀਮਾਂ ਲੋੜਵੰਦਾਂ ਵਿਅਕਤੀਆਂ ਲਈ ਸ਼ੁਰੂਆਤ ਕੀਤੀ ਗਈ ਹੈ ਔਰ ਕਾਫੀ ਜ਼ਿਆਦਾਤਰ ਮਾਤਰਾ ਦੇ ਵਿੱਚ ਜਿਹੜੀਆਂ ਹੈਗੀਆਂ ਕਾਫੀ ਤਰ੍ਹਾਂ ਦੀਆਂ ਸਕੀਮਾਂ ਨੇ ਜੀ, ਅਤੇ ਕੀ ਕਹਿਣਾ ਚਾਹੋਗੇ ਜੀ, ਕਿੱਦਾਂ ਦਾ ਉਪਲਕਸ਼ ਹੈ ਜੀ? ਦੇਖੋ ਜੀ, ਬਹੁਤ ਸਾਰੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਆ ਜੋ ਉਹਨਾਂ ਤੋਂ ਪੰਜਾਬ ਜਿਹੜਾ ਬਹੁਤ ਵਾਂਝਾ ਆ। ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਸਰਕਾਰ ਮਤਲਬ ਮਤਰਿਆ ਜਿਹੜਾ ਅਪਣਾ ਰਹੀ ਆ ਇੱਥੇ ਰਵੱਈਆ, ਮਤਲਬ ਅੱਜ ਕੇਂਦਰ ਸਰਕਾਰ ਦੀ ਸਕੀਮਾਂ ਵੱਲੋਂ ਵੈਨ ਵੀ ਆਈ ਆ ਔਰ ਸਾਡੇ ਮਾਨਯ ਕੇਂਦਰ ਦੇ ਕੈਬਨਿਟ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਜੀ ਇੱਥੇ ਥੋੜ੍ਹੀ ਦੇਰ 'ਚ ਪਹੁੰਚਣ ਵਾਲੇ ਆ, ਔਰ ਮੇਰੇ ਨਾਲ ਮੇਰੇ ਵਾਰਡ ਦੇ ਬਹੁਤ ਸਾਰੇ ਗੁਜਰਾਤੀ ਭਾਈ ਆ ਮੇਰੇ, ਜਿਨ੍ਹਾਂ ਕੋਲ ਅੱਜ ਤੱਕ ਗੈਸ ਦਾ ਕਨੈਕਸ਼ਨ ਹੈ ਨਹੀਂ ਗਾ, ਜਿਹੜੇ ਅੱਜ ਵੀ ਚੁੱਲ੍ਹਾ ਬਾਲਦੇ ਆ, ਔਰ ਉਹਨਾਂ ਨੂੰ ਇੱਥੇ ਗੈਸ ਕਨੈਕਸ਼ਨ ਲੈਣ ਲਈ ਇਹ ਫਾਰਮ ਭਰ ਕੇ ਦੇ ਭਰਨ ਲਈ ਆਏ ਆ, ਔਰ ਇਹਨਾਂ ਨੂੰ ਕਹਿ ਦਿੱਤਾ ਗਿਆ ਆ ਕਿ ਗੈਸ ਏਜੰਸੀ, ਮਾਨ ਗੈਸ ਏਜੰਸੀ ਤੁਸੀਂ ਪਹੁੰਚਿਓ, ਤੁਹਾਨੂੰ ਜਿਹੜਾ ਕੇਂਦਰ ਵੱਲੋਂ ਉਜਵਲ ਯੋਜਨਾ ਦੇ ਵਿੱਚ ਫ੍ਰੀ ਗੈਸ ਕਨੈਕਸ਼ਨ ਦਿੱਤਾ ਜਾਊਗਾ। ਹੋਰ ਵੀ ਕੇਂਦਰ ਦੀਆਂ ਬਹੁਤ ਸਾਰੀਆਂ ਯੋਜਨਾ ਆ ਜਿਹੜੇ ਇੱਥੇ ਕੈਂਪ ਲੱਗੇ ਆ, ਔਰ ਕੇਂਦਰ ਸਰਕਾਰ ਦਾ ਮੈਂ
ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਸ਼੍ਰੀਮਾਨ ਨਰਿੰਦਰ ਭਾਈ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਇੰਨੀਆਂ ਸਕੀਮਾਂ ਚਲਾਈਆਂ ਆ। ਔਰ ਮੈਂ ਪੰਜਾਬ ਸਰਕਾਰ ਨੂੰ ਫਿਰ ਇੱਕ ਵਾਰੀ ਅਪੀਲ ਕਰੂੰਗਾ ਕਿ ਇੱਦਾਂ ਦਾ ਰਵੱਈਆ ਨਾ ਅਪਣਾਓ ਔਰ ਸਹੀ ਰਵੱਈਆ ਅਪਣਾਓ ਜਿਹਦੇ ਨਾਲ ਗਰੀਬਾਂ ਨੂੰ ਇਹ ਯੋਜਨਾ ਦਾ ਲਾਭ ਮਿਲ ਸਕੇ ਔਰ ਮੁਫਤ ਜਿਹੜੇ ਬੈਂਕ ਦੇ ਵਿੱਚ ਅਕਾਊਂਟ ਖੁੱਲ੍ਹਦੇ ਆ ਉਹ ਵੀ ਇੱਥੇ ਕੈਂਪ ਲੱਗਾ ਆ ਔਰ ਡਾਕਘਰ ਦਾ ਵੀ ਕੋਈ ਕੈਂਪ ਲੱਗਾ ਆ। ਬਹੁਤ ਸਾਰੀਆਂ ਯੋਜਨਾਵਾਂ ਜਿਨ੍ਹਾਂ ਵਿੱਚੋਂ ਵਾਂਝੇ ਰਹਿ ਜਾਂਦੇ ਆ, ਬਾਕੀ ਸਟੇਟਾਂ ਵਾਲੇ ਜਿੱਦਾਂ ਗੁਜਰਾਤ ਲੈ ਲਓ, ਰਾਜਸਥਾਨ ਲੈ ਲਓ, ਮੱਧ ਪ੍ਰਦੇਸ਼ ਲੈ ਲਓ, ਉੱਥੇ ਸਕੀਮਾਂ ਬਹੁਤ ਲਾਗੂ ਹੁੰਦੀਆਂ। ਇੱਥੇ ਸਾਨੂੰ ਉਹ ਸਕੀਮਾਂ ਦੇ ਬਾਰੇ ਨਾ ਤਾਂ ਪਤਾ ਆ ਨਾ ਇਹ ਦੱਸਦੇ ਆ ਪੰਜਾਬ ਸਰਕਾਰ ਵਾਲੇ। ਮੈਂ ਫਿਰ ਇੱਕ ਵਾਰੀ ਕੇਂਦਰ ਸਰਕਾਰ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਅੱਜ ਇਹ ਵੈਨ ਭੇਜੀ ਆ, ਔਰ ਸਾਡੇ ਜਿੰਨੇ ਵੀ ਇੱਥੇ ਅਫਸਰ ਸਾਹਿਬਾਨ ਆਏ ਆ ਸਾਰਿਆਂ ਦਾ ਧੰਨਵਾਦੀ ਆ। ਜੈ ਹਿੰਦ। ਹਾਂਜੀ, ਕੀ ਨਾਮ ਹੈ ਜੀ? ਪੂਨਮ। ਪੂਨਮ ਜੀ, ਕਿੰਨਾ ਚਿਰ ਤੋਂ ਹੁਸ਼ਿਆਰਪੁਰ ਰਹਿ ਰਹੇ? ਅਸੀਂ ਤਾਂ ਕਾਫੀ ਸਾਲ ਚ ਰਹਿੰਦੇ ਇੱਥੇ। ਕਾਫੀ ਸਾਲ ਸੇ ਰਹਿ ਰਹੇ ਹੋ ਤੇ ਆਪ ਕੇ ਜੋ ਹੈ ਜੋ ਕੈਸ਼ ਕਨੈਕਸ਼ਨ ਹੈ ਉਹ ਅਭੀ ਤੱਕ ਆਪਕੋ ਇਸ ਸਕੀਮ ਬਾਰੇ ਪਤਾ ਨਹੀਂ ਥਾ? ਨਹੀਂ ਪਤਾ ਥਾ, ਕਿਸੀ ਨੇ ਬਤਾਇਆ ਵੀ ਨਹੀਂ ਆਪ? ਕਿਸੀ ਨੇ ਨਹੀਂ ਬਤਾਇਆ, ਅਭੀ ਇਹਨੇ ਬਤਾਇਆ ਤਾਂ ਅਭੀ ਹਮਕੋ ਮਾਲੂਮ ਹੁਆ। ਹਾਂਜੀ, ਤੋ ਕੈਸਾ ਮਹਿਸੂਸ ਕਰ ਰਹੇ ਹੋ ਆਪਕੋ ਅਗਰ ਜੇ ਸਕੀਮ ਮਿਲਤੀ ਹੈ ਤੋ? ਅੱਛਾ ਮਹਿਸੂਸ ਕਰ ਰਹੇ ਕਿ ਮਿਲ ਰਹਾ ਹੈ ਹਮਕੋ ਵੀ ਕੋਈ ਚੀਜ਼ ਦੇ ਰਹੇ। ਮੋਦੀ ਸਾਹਿਬ ਦਾ ਧੰਨਵਾਦ। ਹਾਂਜੀ, ਮੋਦੀ ਸਾਹਿਬ ਦਾ ਧੰਨਵਾਦ ਹੈਗਾ ਇਹਨਾਂ ਦਾ। ਹਾਂਜੀ ਹਾਂਜੀ, ਕੀ ਕਰਨਾ ਚਾਹੋਗੇ? ਠੀਕ ਹੈ, ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਪਿਛੜੀ ਵਰਗ ਨੂੰ ਇੱਕ ਸਹਾਰਾ ਦੇ ਰਹੇ, ਇੱਕ ਸਹੂਲਤ ਦੇ ਰਹੇ। ਸਰਕਾਰੀ ਜੋ ਵੀ ਕੰਮ ਸਰਕਾਰੀ ਜੋ ਵੀ ਇਹ ਯੋਜਨਾ ਉਹਨਾਂ ਨੂੰ ਲਾਭ ਪਹੁੰਚਾ ਰਹੇ ਹੈ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਗਰੀਬਾਂ ਦਾ ਸੋਚੋ ਤਾਂ ਬਹੁਤ ਹੀ ਵਧੀਆ। ਭਾਰਤੀ ਜਨਤਾ ਪਾਰਟੀ ਦੇ ਜੋ ਮੇਨ ਸਾਡੇ ਪ੍ਰਧਾਨ ਮੋਦੀ ਸਾਹਿਬ, ਨਾਲੇ ਹੁਣ ਸਾਡੇ ਭਾਟੀਆ ਸਾਹਿਬ ਹੈ ਅਤੇ ਸੁਰੇਸ਼ ਭਾਟੀਆ ਜੀ ਸਾਡੇ ਬਾਰੇ ਬਹੁਤ ਹੀ ਸੋਚਦੇ ਆ। ਅੱਗੇ ਹਰ ਕੰਮ ਸਾਡੇ ਸੁੱਖ ਦੁੱਖ ਦੇ ਸਾਥੀ ਹੈ, ਅਸੀਂ ਸਦਾ ਦੇ ਹੀ ਇਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ। ਤੇ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਤੁਸੀਂ? ਦੇਖੋ ਜੀ, ਸਾਡਾ ਬਚਪਨ ਹੀ ਇੱਥੇ ਹੈ, ਸਾਡੇ ਬਾਪ ਦਾਦੇ ਵੀ ਇੱਥੇ ਹੀ ਰਹਿੰਦੇ ਸੀ। ਇਹਨਾਂ ਸਕੀਮਾਂ ਬਾਰੇ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ? ਨਹੀਂ ਜੀ, ਸਕੀਮਾਂ ਨਹੀਂ ਪਤਾ ਸੀ ਸਾਨੂੰ। ਇਹ ਸਾਨੂੰ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਸਕੀਮਾਂ ਬਾਰੇ ਸਾਰੀ ਜਾਣਕਾਰੀ ਪਿੰਡ ਪਿੰਡ ਪੱਧਰ ਤੱਕ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਸਰ ਜਾਣਕਾਰੀ ਦੇ ਰਹੇ ਹਾਂ, ਕੈਂਪ ਵੀ ਲਗਾ ਰਹੇ। ਦੇਖੋ ਜੀ, ਸਾਨੂੰ ਇਹ ਸਕੀਮਾਂ ਦੇ ਬਾਰੇ ਕੁਛ ਪਤਾ ਨਹੀਂ ਸੀ, ਅੱਜ ਸਾਨੂੰ ਪਤਾ ਲੱਗਾ ਭਾਡੇ ਸਾਹਿਬ ਦੇ ਦੁਆਰਾ। ਅਤੇ ਇਹ ਸਕੀਮਾਂ ਦੇ ਦੁਆਰਾ ਸਾਡੀ ਜੋ ਲੇਡੀਜ਼ ਹੈ, ਜੋ ਵੀ ਹੈ ਇਹਨਾਂ ਦੇ ਕਨੈਕਸ਼ਨ ਹੈ, ਉਹ ਇਹਨਾਂ ਦੇ ਦੁਆਰਾ ਸਾਨੂੰ ਪਤਾ ਲੱਗਾ। ਬਸ ਜਾ ਰਹੇ ਨੇ ਸਰ, ਕਿਵੇਂ ਸਰ ਦੇਖਦੇ ਹੋ? ਮੋਦੀ ਸਾਹਿਬ ਦੀ ਸਰਕਾਰ ਨੂੰ 10 ਸਾਲ ਹੋ ਚੱਲੇ ਆ, ਔਰ 10 ਸਾਲਾਂ ਦੇ ਵਿੱਚ ਜਿਹਨੂੰ ਕਹਿੰਦੇ ਦਿਨ ਰਾਤ ਦੇ ਫਰਕ ਜਿੰਨਾ ਡਿਵੈਲਪਮੈਂਟ ਹੋਈ ਆ ਅਤੇ ਲੋਕ ਭਲਾਈ ਦੇ ਕੰਮ ਹੋਏ ਆ, ਔਰ ਉਹ ਸਾਰੇ ਲੋਕਾਂ ਦੇ ਸਾਹਮਣੇ ਆ। ਐਕਚੁਅਲੀ ਇਹ ਸਰਕਾਰ ਸਿਰਫ ਐਡਵਰਟੀਜ਼ਮੈਂਟ 'ਤੇ ਨਹੀਂ ਚੱਲਣਾ ਚਾਹੁੰਦੀ, ਇਹ ਦੱਸਣਾ ਚਾਹੁੰਦੀ ਆ ਵੀ ਜਿਹੜੇ ਕੰਮ ਹੋਏ ਆ ਉਹਦੇ 'ਚ ਜੇ ਕੋਈ ਕਸਰ ਆ ਉਹ ਵੀ ਲੋਕਾਂ ਦੇ ਘਰ ਜਾ ਕੇ, ਲੋਕਾਂ ਦੇ ਪਿੰਡ 'ਚ ਜਾ ਕੇ, ਲੋਕਾਂ ਦੇ ਮਹੱਲੇ 'ਚ ਜਾ ਕੇ ਉਹ ਚੀਜ਼ਾਂ ਵੀ ਪੂਰੀਆਂ ਕੀਤੀਆਂ ਜਾਣ। ਜਿਵੇਂ ਸੈਂਟਰ ਦੀਆਂ ਜਿੰਨੀਆਂ ਸਕੀਮਾਂ, ਉਜਲਾ ਯੋਜਨਾ ਜਿਹਨੂੰ ਨਹੀਂ ਹਾਲੇ ਤੱਕ ਕਨੈਕਸ਼ਨ ਮਿਲਿਆ ਉਹਨੂੰ ਇੱਥੇ ਰਜਿਸਟ੍ਰੇਸ਼ਨ ਹੋਏਗੀ, ਆਵਾਸ ਯੋਜਨਾ, ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਜਾਂ ਹੋਰ ਇਸ ਤਰ੍ਹਾਂ ਦੀਆਂ ਸਾਰੀਆਂ ਸਕੀਮਾਂ ਜਿਹੜੇ ਕੁਛ ਲੋਕ ਉਹਨਾਂ ਨੂੰ ਅਵੇਲ ਕਰਨੇ ਤੋਂ ਰਹਿ ਗਏ ਆ ਉਹ ਉਹਨਾਂ ਤੱਕ ਵੀ ਇਹ ਪਹੁੰਚਣ ਜ਼ਰੂਰ, ਜਿਹੜੀ ਵੀ ਸਕੀਮਾਂ ਬੈਨੀਫਿਟ ਹੈਗਾ। ਇਸ ਕਰਕੇ ਵਿਕਸਿਤ ਭਾਰਤ ਸੰਕਲਪ ਯਾਤਰਾ ਕਿ ਜਿਹੜਾ ਮੋਦੀ ਸਾਹਿਬ ਨੇ ਸੰਕਲਪ ਲਿਆ 2047 ਤੱਕ ਵਿਕਸਿਤ ਭਾਰਤ ਬਣਾਉਣਾ, ਜਦ ਤੱਕ ਸਾਡੇ ਗਰੀਬ ਲੋਕ, ਸਾਡੇ ਜੋ ਬਹੁਤ ਪਿੱਛੇ ਰਹਿ ਗਏ ਆ ਲੋਕ ਪਿਛਲੇ ਸਮੇਂ, ਉਹਨਾਂ ਨੂੰ ਉੱਪਰ ਨਹੀਂ ਲਿਆਉਂਦਾ ਜਾ ਸਕਦਾ ਤਾਂ ਭਾਰਤ ਨੂੰ ਵਿਕਸਿਤ ਨਹੀਂ ਕਹਿ ਸਕਦੇ। ਇਸ ਕਰਕੇ ਵਿਕਸਿਤ ਭਾਰਤ ਬਣਾਉਣ ਲਈ ਗਰੀਬ ਤੋਂ ਗਰੀਬ ਨੂੰ ਵੀ ਉੱਪਰ ਚੁੱਕਣਾ ਪਏਗਾ ਅਤੇ ਇਹ ਸਕੀਮਾਂ ਰਾਹੀਂ ਚੁੱਕਿਆ ਜਾਏਗਾ, ਚਾਹੇ ਉਹ ਫ੍ਰੀ ਅਨਾਜ ਦੀ ਆ, ਚਾਹੇ ਗੈਸ ਕਨੈਕਸ਼ਨ ਆ, ਬਿਜਲੀ ਕਨੈਕਸ਼ਨ ਆ, ਮਕਾਨ ਆ, ਟੋਇਲਟ ਆ,
ਵਗੈਰਾ ਵਗੈਰਾ ਜਿੰਨੀਆਂ ਸੈਂਟਰ ਦੀਆਂ ਸਕੀਮਾਂ, ਚਾਹੇ ਉਹ ਕਿਸਾਨ ਕਿਸਾਨਾਂ ਦੀ ਸਮਾਨ ਯੋਜਨਾ, ਚਾਹੇ ਸਵਨਿਧੀ ਯੋਜਨਾ ਆ, ਸੋ ਐਸੀਆਂ ਬਹੁਤ ਸਾਰੀਆਂ ਯੋਜਨਾ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਇੱਥੇ ਕੀਤੀ ਜਾ। ਦੋਸਤੋ, ਆਪਕਾ ਸਕਾਈਸੀ ਆਇਲ, ਇਹ ਆਇਲ ਪੂਰਾ 100% ਨੈਚੁਰਲ ਇੰਗਰੀਡੀਐਂਟ ਸੇ ਬਣਾ ਹੁਆ ਹੈ, ਇਸਕੇ ਅੰਦਰ ਟੋਟਲ ਨੈਚੁਰਲ ਹਰਬਸ ਪੜੇ ਹੋਏ ਹੈ, ਕੋਈ ਕੈਮੀਕਲ ਨਹੀਂ ਹੈ ਇਸਮੇ। ਜ਼ਰੂਰ ਇਸਕੋ ਇੱਕ ਵਾਰ ਆਪ ਯੂਜ਼ ਕਰੇ, ਆਪਕੇ ਮਨ ਕੋ ਸ਼ਾਂਤੀ ਹੋਗੀ ਕਿ ਆਜ ਤੱਕ ਐਸਾ ਪ੍ਰੋਡਕਟ ਹਮ ਲੋਗੋਂ ਨੇ ਨਹੀਂ ਦੇਖਾ। ਸਕਾਈਸੀ ਆਇਲ।